ਸਟੇਜਾਂ ਤੇ ਗਾਣਿਆਂ ਤੇ ਆਪਣਾ ਧੱਕਾ ਚੱਲਦਾ ਸੀ। ਕਾਂਗਰਸ ਵੀ 4 ਦਿਨ ਪਹਿਲਾਂ ਆਏ ਤੇ ਆਪਾਂ ਨੂੰ ਥਾ ਟਿਕਟ ਮਿਲ ਗਈ, ਉੱਥੇ ਵੀ ਆਪਣਾ ਧੱਕਾ ਚੱਲ ਗਿਆ। ਨਹੀਂ ਧੱਕਾ ਨਹੀਂ ਕਹਿ ਸਕਦੇ ਆਪਾਂ, ਦਵਾਵਾਂ ਨੇ ਲੋਕਾਂ ਦੀਆਂ, ਜਾਂ ਚੈਲੰਜ ਕਰਤਾ ਜਾਂ ਪੰਗਾ ਲੈ ਲਿਆ ਕੋਈ ਨਵਾਂ, ਤੇ ਫਿਰ ਪੋਲਿਟਿਕਸ ਵੀ ਪੰਗਾ ਹੀ ਚੱਲੂ। ਗੱਲ ਜਿੱਥੇ ਤੁਹਾਡੇ ਹੱਕਾਂ ਦੀ ਆ ਜਾਂਦੀ ਹੈ, ਸਾਰੀ ਜ਼ਿੰਦਗੀ ਬੰਦਾ ਸੇਮ ਨਹੀਂ ਰਹਿੰਦਾ। ਕਿਆ ਲੋਕ ਖੁਸ਼ ਹੈ ਕਾਂਗਰਸ ਦੀ ਵਰਕਿੰਗ ਤੋਂ 5 ਸਾਲ? ਸਾਡੇ 4 ਸਾਲ ਤਾਂ ਕੈਪਟਨ ਸਾਹਿਬ ਦਾ ਰਾਜ ਹੀ ਰਿਹਾ। ਕੈਪਟਨ ਸਾਹਿਬ ਕਾਂਗਰਸ ਦੇ ਸੀ, ਕਹਿ ਰਹੇ ਨੇ ਹੁਣ ਕਾਂਗਰਸ ਦਾ ਵੀ, ਪਰ ਉਹ ਕੋਈ ਗਤੀਵਿਧੀ ਤਾਂ ਕੋਈ ਕੁਛ ਹੋਈ ਨਹੀਂ, ਕੋਈ ਖਾਸ ਨਹੀਂ ਹੋਈ। 113 ਦਿਨਾਂ ਦੇ ਵਿੱਚ ਇਹਨਾਂ ਨੇ ਕਿੰਨੀ ਸਾਹਿਬ ਨੇ ਕੀਤਾ, ਵਧੀਆ ਕੀਤਾ। ਕੈਪਟਨ ਸਾਹਿਬ ਨੇ ਜੋ 4.5 ਸਾਲਾਂ 'ਚ ਕੀਤਾ ਉਹ ਹਾਂ ਠੀਕ ਹੈ, ਪਰ ਲੋਕ ਖੁਸ਼ ਨਹੀਂ ਉਸ ਚੀਜ਼, ਮੇਰੇ ਤਾਂ ਉਹਨਾਂ ਦੇ ਕਾਰਜਕਾਲ ਦੇ ਵਿੱਚ ਪਰਚੀ ਹੋਏ ਨੇ। ਤੁਹਾਡਾ ਰੋਲ ਮਾਡਲ ਕੌਣ ਹੈ ਪੋਲਿਟਿਕਸ? ਮੈਂ ਤਾਂ ਰੋਲ ਮਾਡਲ ਲੋਕਾਂ ਨੂੰ ਮੰਨਦਾ। ਪੰਜਾਬ 'ਚ ਚੀਫ ਮਿਨਿਸਟਰ ਕਿਸ ਤਰ੍ਹਾਂ ਦਾ ਚਿਹਰਾ ਹੋਣਾ ਚਾਹੀਦਾ? ਉਹਨੂੰ ਸਾਰੀ ਜਾਂਚ ਹੋਣੀ ਚਾਹੀਦੀ ਹੈ ਧਾਰਮਿਕ ਪੱਖੋਂ। ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਪਾਰਟੀ ਜਦੋਂ ਚਿਹਰਾ ਦੇ ਦਿੰਦੀ ਹੈ ਤੇ ਉਹਨੂੰ ਫਾਇਦਾ ਮਿਲਦਾ ਹੈ ਜਾਂ ਨੁਕਸਾਨ ਹੁੰਦਾ? ਹਾਂ ਫਾਇਦਾ ਤਾਂ ਮਿਲਦਾ ਹੈ। ਪੁਲਿਸ ਨਾਰਮਲੀ ਆਪਣੇ ਹਥਿਆਰ ਨੂੰ ਟੱਚ ਨਹੀਂ ਕਰਨ ਦਿੰਦੀ ਕਿਸੇ ਨੂੰ। ਤੁਹਾਡੇ ਮੈਂ ਵੀਡੀਓ ਦੇਖੇ, ਤੁਸੀਂ AK-47 ਲੈ ਕੇ ਆਰਾਮ ਨਾਲ ਕਰੋਨਾ 'ਚ ਫਾਇਰਿੰਗ ਕਰ ਰਹੇ ਸੀ। ਵੀ ਇਨਕੁਆਇਰੀ ਜਦੋਂ ਹੋਊਗੀ ਨਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ, ਤਾਂ ਸਾਹਮਣੇ ਆ ਜਾਣਾ। ਵੀ ਕਾਂਗਰਸ ਦਾ MLA ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ, ਪੁਲਿਸ ਕਹਿੰਦੀ ਹੈ ਗਨ ਕਲਚਰ ਪ੍ਰਮੋਟ ਨਹੀਂ ਕਰਨਾ। ਮੈਂ ਇੱਕ ਆਰਟਿਸਟ ਹਾਂ, ਮੈਨੂੰ ਲੋਕ ਉਤਾਂ ਦਾ ਪਸੰਦ ਕਰਦੇ ਨੇ। ਤੁਹਾਡਾ ਕਰਨ ਔਜਲਾ ਨਾਲ, ਬੱਬੂ ਮਾਨ ਨਾਲ, ਔਰ ਰੀਸੈਂਟਲੀ ਮੈਂ ਹੁਣ ਦੇਖ ਰਹੀ ਸੀ ਗੈਰੀ ਸੰਧੂ ਨਾਲ, ਕੀ ਇਸ਼ੂ ਵੀ? ਮੇਰੇ ਕਿਸੇ ਨਾਲ ਕੋਈ ਮਸਲਾ ਨਹੀਂ ਹੈਗਾ। ਹਾਂ ਕਿਤੇ ਨਾ ਕਿਤੇ ਕੋਈ ਸਿਚੁਏਸ਼ਨ ਆ ਜਾਂਦੀ ਜਿੱਥੇ ਅੜਫਸ ਹੋ ਜਾਂਦੀ ਹੈ। ਤੁਹਾਡੇ ਪੇਰੈਂਟਸ ਵੀ ਆ ਜੋ ਕੰਟਰੋਵਰਸੀਜ਼ ਤੁਹਾਡੀਆਂ ਹੁੰਦੀਆਂ ਇਹਨਾਂ ਤੋਂ ਪਰੇਸ਼ਾਨ ਰਹਿੰਦੇ? ਹਰ ਮਾਂ ਬਾਪ ਥੋੜਾ ਪਰੇਸ਼ਾਨ ਹੋ ਜਾਂਦਾ। ਪਰੇਸ਼ਾਨ ਤਾਂ ਹੋਈ ਜਾਂਦੇ ਜੀ, ਮੈਂ ਇੱਕ ਸਿੰਗਲ ਚਾਈਲਡ ਆ ਮੇਰੇ ਮਾਤਾ ਪਿਤਾ ਦਾ। ਪੰਜਾਬ ਦੀ ਸਿਆਸਤ 'ਚ ਸਿੰਗਰਾਂ ਦਾ ਅਤੇ ਫਿਲਮ ਐਕਟਰ ਅਤੇ ਸਟਾਰ ਦਾ ਆਉਣਾ ਬੜਾ ਪੁਰਾਣਾ ਸਿਲਸਿਲਾ ਹੈ, ਲੇਕਿਨ ਰਾਜਨੀਤੀ ਦੇ ਸਿਖਰਾਂ ਤੱਕ ਪਹੁੰਚਣ ਵਾਲੇ ਬੜੇ ਬਿਰਲੇ ਹੀ ਹੈ। ਇਸ ਵਾਰ ਪੰਜਾਬ ਦੀ ਸਿਆਸਤ 'ਚ ਸ਼ੁਭਦੀਪ ਸਿੰਘ ਯਾਨੀ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਨੇ ਚੁਣਾਵ ਮੈਦਾਨ 'ਚ ਉਤਾਰਿਆ ਹੈ। ਇਹਨਾਂ ਦਾ ਸਟੇਜਾਂ 'ਤੇ ਤਾਂ ਚੰਗਾ ਧੱਕਾ ਚੱਲਦਾ ਹੈ, ਲੇਕਿਨ ਹੁਣ ਸਿਆਸਤ 'ਚ ਉਹ ਧੱਕਾ ਚੱਲੂਗਾ ਜਾਂ ਨਹੀਂ, ਇਹ ਪੂਰੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਖੁਦ ਸਿੱਧੂ ਮੂਸੇਵਾਲਾ ਮੌਜੂਦ ਨੇ। ਸਿੱਧੂ ਜੀ, ਆ ਵਧੀਆ ਸਟੇਜਾਂ ਤੇ ਗਾਣਿਆਂ ਤੇ ਆਪਣਾ ਧੱਕਾ ਚੱਲਦਾ ਸੀ, ਕਾਂਗਰਸ ਵੀ 4 ਦਿਨ ਪਹਿਲਾਂ ਆਏ ਤੇ ਆਪਾਂ ਨੂੰ ਥਾ ਟਿਕਟ ਮਿਲ ਗਈ, ਉੱਥੇ ਵੀ ਆਪਣਾ ਧੱਕਾ ਚੱਲ ਗਿਆ? ਨਹੀਂ ਧੱਕਾ ਨਹੀਂ ਕਹਿ ਸਕਦੇ ਆਪਾਂ, ਦੁਆਵਾਂ ਨੇ ਲੋਕਾਂ ਦੀਆਂ, ਆਸ਼ੀਰਵਾਦ ਉਹਨਾਂ ਦਾ ਜਾਂ ਮੇਰੇ ਮਾਲਕ ਦੀ ਮਿਹਰ ਹੈ ਜੀ। ਮੈਂ ਕਹਿੰਦਾ ਲੋਕਾਂ ਨੂੰ ਇੱਦਾਂ ਦੀਆਂ ਦੁਆਵਾਂ ਰੋਜ਼ ਮਿਲਣ ਸਾਰਿਆਂ ਨੂੰ। ਮੈਂ ਕਹਿੰਦਾ ਮੈਂ ਸਮਝਦਾ ਮੈਂ ਆਪਦੇ ਆਪ ਨੂੰ ਮੈਂ ਭਾਗਾਂ ਨਾ, ਇਹ ਜੋ ਇੰਨਾ ਆਸ਼ੀਰਵਾਦ ਇੰਨੀਆਂ ਚੀਜ਼ਾਂ ਮੇਰੀ ਕਿਸਮਤ ਦੇ ਵਿੱਚ ਲਿਖੀਆਂ ਹੋਈਆਂ ਨੇ। ਕਾਂਗਰਸ ਨੇ ਤੁਹਾਨੂੰ ਇਸ ਲਈ ਟਿਕਟ ਦਿੱਤਾ ਕਿ ਇੱਕ ਵਧੀਆ ਸਿਆਸਤਦਾਨ ਪੈਦਾ ਕਰ ਰਹੇ ਆ, ਜਾਂ ਇਸ ਲਈ ਵੀ ਚਲੋ ਇੱਕ ਸੀਟ ਹੋਰ ਆ ਜੂਗੀ? ਰੱਬ ਜਾਣਦਾ ਜੀ, ਪਰ ਮੇਰੀ ਮਨਸ਼ਾ ਇਸ ਚੀਜ਼ ਲਈ ਬਿਲਕੁਲ ਕਲੀਅਰ ਹੈ ਵੀ ਮੈਂ ਕੁਛ ਨਾ ਕੁਛ ਯਾਨੀ ਕਿ ਅਸੀਂ ਇੱਕ ਸਮਾਜ ਨੂੰ ਪੇ ਬੈਕ ਕਰਨਾ ਚਾਹੁੰਦਾ, ਜੋ ਮੈਨੂੰ ਅੱਜ ਤੱਕ ਸਮਾਜ ਦੀ ਵਜ੍ਹਾ ਨਾਲ, ਲੋਕਾਂ ਦੀ ਵਜ੍ਹਾ ਨਾਲ ਮੈਨੂੰ ਇੱਕ ਮੁਕਾਮ ਮਿਲਿਆ, ਤਾਂ ਇੱਕ ਮੈਂ ਇਹ ਸੋਚਦਾ ਵੀ ਇਸ ਤਰੀਕੇ ਨਾਲ ਮੈਂ ਉਹਨਾਂ ਦਾ ਪੇ ਬੈਕ ਕਰ ਸਕਦਾ। ਕੀ ਸੇਵਾ ਕਰਨੀ ਚਾਹੀਦੀ ਹੈ, ਕੀ ਐਸੀ ਘਾਟ ਲੱਗੀ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸਿੱਧੂ ਮੂਸੇਵਾਲਾ ਹੀ ਕਰ ਸਕਦਾ ਹੈ? ਨਹੀਂ, ਸਿੱਧੂ ਮੂਸੇਵਾਲਾ ਵੀ ਤਾਂ ਇੱਕ ਇਨਸਾਨ ਹੀ ਹੈ, ਵੈਸੇ ਕੋਈ ਗੱਲ ਹੈ ਵੀ ਨਾਮ ਅਤੇ ਰੁਤਬਾ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਵੀ ਕੋਈ, ਪਰ ਇਹ ਗੱਲ ਜ਼ਰੂਰ ਹੈ ਵੀ ਇੰਨੇ ਕੁ ਕਾਬਿਲ ਹੈਗੇ ਅਸੀਂ ਯੰਗ ਹਾਂ, ਸਾਡੇ 'ਚ ਵੀ ਸਾਰੇ ਮੇਰੇ 'ਚ ਪੜ੍ਹਿਆ ਲਿਖਿਆ ਮੈਂ, ਕੁਆਲਿਟੀ ਸਾਰਿਆਂ 'ਚ ਹੀ ਨੇ, ਹੈ ਨਾ। ਸੋ ਮੈਂ ਵੀ ਲੱਗਦਾ ਵੀ ਮੈਨੂੰ ਇਹ ਲੱਗਦਾ ਵੀ ਮੈਂ ਕਾਬਿਲ ਹਾਂ, ਮੈਂ ਵੀ ਚੰਗੇ ਤਰੀਕੇ ਨਾਲ ਸੇਵਾ ਨਿਭਾ ਸਕਦਾ, ਸੋ ਦੈਟਸ ਵਾਈ ਮੈਂ ਇੱਥੇ ਇਸ ਖੇਤਰ ਦੇ ਵਿੱਚ ਆਇਆ। ਇਹ ਮੂਡ ਕਦੋਂ ਬਣਿਆ ਕਿ ਵੀ ਆਪਾਂ ਨੂੰ ਸਿਆਸਤ 'ਚ ਆਉਣਾ ਚਾਹੀਦਾ? ਮੈਨੂੰ ਮੇਰੇ ਮਨ ਦੇ ਵਿੱਚ ਚੱਲ ਰਹੀ ਸੀ ਗੱਲ, ਇਹ 1.5-2 ਸਾਲਾਂ ਤੋਂ ਚੱਲ ਰਿਹਾ ਸੀਗਾ ਦਿਮਾਗ 'ਚ। ਕਿਉਂ ਰਿਲਾਈਜ਼ ਹੋਇਆ ਕਿ ਪੋਲਿਟਿਕਸ ਆਉਣਾ ਹੁਣ? ਨਹੀਂ ਨਹੀਂ, ਪੋਲਿਟਿਕਸ ਦੇ ਵਿੱਚ ਨਹੀਂ, ਮੈਨੂੰ ਮੈਂ ਇਸ ਖੇਤਰ ਇਸ ਇਲਾਕੇ ਦੇ ਵਿੱਚ ਰਹਿ ਰਿਹਾ, ਮੇਰਾ ਫਸਟ ਹਾਊਸ ਜਿੱਥੇ ਮੈਂ ਯਾਨੀ ਕਿ ਮੋਸਟ ਆਫ ਦਾ ਟਾਈਮ ਆਪਣਾ ਬਤੀਤ ਕਰਦਾ, ਮੈਂ ਇਸੇ ਇਲਾਕੇ 'ਚ ਹੀ ਰਹਿ ਰਿਹਾ, ਮੇਰਾ ਇਸੇ ਜ਼ਿਲ੍ਹੇ ਦੇ ਵਿੱਚ ਪਿੰਡ ਆਉਂਦਾ। ਸੋ ਅਸੀਂ ਜਿਹੜੀਆਂ ਪ੍ਰੋਬਲਮਾਂ ਡੇਲੀ ਬੇਸਿਸ 'ਤੇ ਫੇਸ ਕਰਦੇ ਹਾਂ, ਸਾਨੂੰ ਲੱਗਦਾ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਯਾਰ ਨਹੀਂ ਵੀ ਆਪਾਂ ਨੂੰ ਕਰਨਾ ਚਾਹੀਦਾ। ਤੁਸੀਂ ਕੀ ਪ੍ਰੋਬਲਮ ਫੇਸ ਕੀਤੀਆਂ ਕਿ ਪੋਲਿਟਿਕਸ 'ਚ ਜਾਣ ਦਾ ਰੁਝਾਨ ਪੈਦਾ ਹੋਇਆ? ਨਿੱਕੀਆਂ ਨਿੱਕੀਆਂ ਗੱਲਾਂ ਹੀ ਨੇ ਜੀ, ਪਤਾ ਕੀ ਗੱਲ ਹੈ, ਜਦੋਂ ਤੁਸੀਂ ਕੋਈ ਨਾ ਕੋਈ ਕਿਸੇ ਨਾ ਕਿਸੇ ਕਹਿੰਦੇ ਹੁੰਦੇ ਹੋ ਵੀ ਐਸੀ ਪੋਜੀਸ਼ਨ 'ਤੇ ਆ ਜਾਂਦੇ ਹੋ, ਰੁਤਬੇ 'ਤੇ ਆ ਜਾਂਦੇ ਹੋ, ਲੋਕ ਤੁਹਾਨੂੰ ਜਾਣਦੇ ਨੇ, ਤਾਂ ਉੱਥੋਂ ਕੁਛ ਨਾ ਕੁਛ ਜਿਹੜੇ ਵਿਚਾਰੇ ਬੇਸਹਾਰਾ ਹੁੰਦੇ ਨੇ ਜਾਂ ਜਿੱਦਾਂ ਨੂੰ ਕੋਈ ਕਿਤੇ ਕੋਈ ਬਾਹ ਨਹੀਂ ਫੜਦਾ, ਤਾਂ ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਨੇ। ਮੇਰੇ ਕੋਲ ਵੀ ਬਹੁਤ ਲੋਕ ਆਉਂਦੇ ਨੇ, ਜਿੰਨੇ ਕਿ ਮੇਰੇ ਤੋਂ ਮੇਰੇ ਲੈਵਲ 'ਤੇ ਮੈਂ ਕੰਮ ਕਰਵਾ ਸਕਦਾ, ਮੈਂ ਕਰਵਾਉਂਦਾ ਰਿਹਾ। ਪਰ ਕਦੋਂ ਨਾ ਕਿਤੇ ਇਹ ਹੁੰਦਾ ਸੀ ਵੀ ਕਿਸੇ ਨੂੰ ਫੋਨ ਕਰਤਾ ਯਾਰ, ਉਹ ਗੱਲ ਅੱਧੀ ਰਹਿ ਜਾਂਦੀ ਸੀ ਵਿੱਚ, ਤਾਂ ਭਾਈ ਆਉਂਦੀ ਬਾਈ ਯਾਰ ਕੰਮ ਨਹੀਂ ਹੋਇਆ ਯਾਰ, ਕਰਤਾ ਦਿੱਤਾ ਸੀ ਫੋਨ, ਉਦੋਂ ਵੀ ਅਮੀ ਭਰ ਗਿਆ ਸੀ। ਸੋ ਮੈਨੂੰ ਇਹ ਲੱਗਿਆ ਵੀ ਯਾਰ ਜੇ ਸਿਸਟਮ ਦੇ ਵਿੱਚ ਕੋਈ ਨਾ ਕੋਈ ਤੁਸੀਂ ਕਰਨਾ ਚਾਹੀਦਾ, ਤਾਂ ਫਿਰ ਸਿਸਟਮ ਦੇ ਅਹੁਦੇ 'ਤੇ ਹੋ ਕੇ ਫਿਰ ਅਗਲਾ ਜੇ ਨਹੀਂ ਕਰੂਗਾ ਫਿਰ ਉਹ ਤੋਂ ਰਿਮਾਂਡ ਵੀ ਲਿਆ ਜਾਂਦਾ ਵੀ ਹਾਂ ਭਾਈ ਤੂੰ ਕਿਉਂ ਨਹੀਂ ਕੀਤਾ ਇਹਦਾ ਕੰਮ, ਤਾਂ ਕਰਕੇ ਰਿਮਾਂਡ ਕਿੱਦਾਂ ਲੈਂਦੇ? ਰਿਮਾਂਡ ਕਿਉਂ ਜੀ, ਇੱਕ ਅਹੁਦੇ ਦੀ ਪਾਵਰ ਤਾਂ ਹੁੰਦੀ ਹੈ ਜੀ, ਇੱਕ ਅਹੁਦਾ ਜਦੋਂ ਤੁਸੀਂ ਇੱਕ ਜਗ੍ਹਾ 'ਤੇ ਇੱਕ ਪੋਜੀਸ਼ਨ 'ਤੇ ਇਹੋ ਜਿਹੀ 'ਤੇ ਬੈਠੋ ਜਿੱਥੇ ਤੁਸੀਂ ਕਹਿ ਸਕਦੇ ਹੋ ਵੀ ਭਾਈ ਤੂੰ ਕੰਮ ਕਿਉਂ ਨਹੀਂ ਕਰ ਰਿਹਾ ਮੇਰੇ ਬੰਦੇ ਦਾ। ਤੁਹਾਨੂੰ ਇਹ ਫੀਲ ਹੋਇਆ ਕਿ ਜਿਹੜੀ ਰਿਕੁਐਸਟ ਤੁਸੀਂ ਕਰ
ਆਪਾਂ ਉਹ ਕਮਿਟਮੈਂਟਸ ਪੂਰੀਆਂ ਕਰੀਏ ਪੋਲਿਟਿਕਸ 'ਚ ਬਾਅਦ 'ਚ ਆ ਜਾਵਾਂਗੇ। ਇਹ ਹਰੇਕ ਦਾ ਮਾਇੰਡ ਸੈੱਟ ਹੁੰਦਾ ਜੀ, ਮੇਰਾ ਮਾਇੰਡ ਸੈੱਟ ਕੁਛ ਹੋਰ ਹੈ। ਮੈਂ ਇਸ ਤਰੀਕੇ ਨਾਲ ਸੋਚਦਾ ਹੁੰਦਾ ਵੀ ਜਦੋਂ ਤੁਹਾਡੇ ਕੋਲ ਸਮਾਂ, ਜਦੋਂ ਤੁਹਾਡੇ ਕੋਲ ਵਕਤ ਹੈ, ਜਦੋਂ ਤੁਹਾਡਾ ਜ਼ੋਰ ਹੈ, ਜੇ ਤੁਸੀਂ ਉਦੋਂ ਹਵਾ ਦੇ ਉਲਟ ਨਾ ਚੱਲ ਸਕੇ ਤਾਂ ਕਦੇ ਨਹੀਂ ਚੱਲ ਸਕਦੇ। ਅਤੇ ਸਭ ਤੋਂ ਮੈਂ ਕਹਿੰਦਾ ਨਿਕੰਮਾ ਬੰਦਾ, ਮਾੜਾ ਬੰਦਾ ਉਹੀ ਹੈ ਜਿਹਦੇ ਕੋਲ ਪਾਵਰ ਹੋਵੇ ਅਤੇ ਉਹ ਵਰਤੇ ਨਾ। ਸੋ ਅੱਜ ਸਾਨੂੰ ਲੋਕ ਸਤਿਕਾਰਦੇ ਨੇ, ਪਿਆਰ ਕਰਦੇ ਨੇ, ਤਾਂ ਵਾਈ ਨਾਟ ਤੁਸੀਂ ਕਰਕੇ। ਹਾਂ, ਮੈਂ ਵੀ ਮੰਨਦਾ ਵੀ ਬਹੁਤ ਕਦੇ ਕਿਸੇ ਨੇ ਕੀਤਾ ਨਹੀਂ। ਇੱਕ ਤੁਹਾਡਾ ਕਰੀਅਰ ਪੀਕ 'ਤੇ ਚੱਲਦਾ ਹੋਵੇ, ਠੀਕ ਚੱਲਦਾ ਹੋਵੇ, ਅਤੇ ਤੁਸੀਂ ਇੱਕਦਮ ਨਾਲ ਨਾਲ ਇੱਧਰ ਵੀ ਪੰਗਾ ਲੈ ਲਓ। ਇਹ ਨਹੀਂ ਵੀ ਮੈਂ ਕਰੀਅਰ ਛੱਡਤਾ, ਕਰੀਅਰ ਮੇਰਾ ਮੈਂ ਕੰਟੀਨਿਊ ਕਰੂੰਗਾ। ਮੈਂ ਗਾਣੇ ਹਾਲੇ ਵੀ ਲਿਖਦਾ, ਹਾਲੇ ਵੀ ਗਾਉਣਾ, ਆਫਟਰ ਇਲੈਕਸ਼ਨਸ ਗਾਣੇ ਆਉਣਗੇ। ਪਰ ਇਹ ਹੈ ਵੀ ਇੱਕ ਕਹਿੰਦੇ ਨਹੀਂ ਹੁੰਦੇ ਵੀ ਫਿਰ ਜੇ ਤੁਸੀਂ ਨਹੀਂ ਕੀਤਾ ਤਾਂ ਕਰੂਗਾ ਕੌਣ। ਇਹ ਹੈ ਵੀ ਮੈਨੂੰ ਮੇਰੇ ਮਨ ਦੇ ਵਿੱਚ ਤਾਂ ਇਹ ਹੁੰਦੀ ਵੀ ਮੈਂ ਐਗਜ਼ਾਮਪਲ ਸੈੱਟ ਕਰਦਿਆਂ ਵੀ ਹਾਂ ਉਹ ਉੱਧਰ ਵੀ ਸੀ ਅਤੇ ਆਹ ਵੀ ਕਰ ਗਿਆ। ਪੋਲੀਟਿਕਸ 'ਚ ਕੀ ਐਗਜ਼ਾਮਪਲ ਸੈੱਟ ਕਰਨਾ, ਗੋਲ ਕੀ ਹੈ? ਗੋਲ ਤਾਂ ਇਹੀ ਹੈ ਵੀ ਜਿਹੜੀਆਂ ਗੱਲਾਂ ਲੋਕ ਨਹੀਂ ਬੋਲਦੇ ਉਹ ਅਸੀਂ ਬੋਲ ਕੇ ਦਿਖਾਉਣੀਆਂ। ਜਿੱਦਾਂ ਸਟੇਜਾਂ 'ਤੇ ਬੋਲਦੇ ਹੋ? ਹਾਂਜੀ, ਅਸੀਂ ਗੱਲ ਕਰਕੇ ਦਿਖਾਉਣੀ ਵੀ ਆਹ ਮਸਲਾ ਕਰਕੇ ਹੱਲ ਕਰਕੇ ਦਿਓ ਜੀ, ਕਿਉਂ ਨਹੀਂ ਹੋ ਰਿਹਾ, ਜੇ ਸਾਡੀ ਸਰਕਾਰ ਹੈ ਤਾਂ ਕਿਉਂ ਨਹੀਂ ਕਰ ਰਹੀ। ਅਸੀਂ ਚਾਹੁੰਦੇ ਹਾਂ ਵੀ ਅਸੀਂ ਇਹੋ ਜਿਹੀਆਂ, ਯਾਨੀ ਕਿ ਜੋ ਹੁਣ ਵੋਟਾਂ ਦੀ ਰਾਜਨੀਤੀ ਚੱਲਦੀ ਉਹ ਤੋਂ ਲੈਦਾ ਕੁਛ ਨਾ ਕੁਛ ਕਰਕੇ ਸਕੀਏ, ਚਾਹੇ ਸਾਨੂੰ 5 ਸਾਲ ਹੀ ਮੌਕਾ ਦੇਵੇ, ਉਦੋਂ ਮੁੜ ਕੇ ਸਾਨੂੰ ਸਰਕਾਰ ਵੀ ਇਹ ਕਹੇ ਵੀ ਯਾਰ ਤੂੰ ਤਾਂ ਗਲਤ ਬੋਲਦਾ। ਪਰ ਇਹ ਹੈ ਵੀ ਸਾਨੂੰ ਇਹ ਵੀ ਲੋਕਾਂ ਦੀ ਆਵਾਜ਼ ਪਹੁੰਚਾਈ ਜਾਵੇ ਉੱਥੇ, ਚਾਹੇ 5 ਸਾਲ ਹੀ ਮੌਕਾ ਮਿਲੇ ਤਾਂ ਇਸ ਨਾਲ ਮੌਕਾ ਮਿਲੇ ਵੀ ਅਸੀਂ ਨਿਰਪੱਖ ਜੋ ਵੀ ਗੱਲ ਹੈ, ਜੋ ਵੀ ਜੇ ਲੋਕਾਂ ਦੀ ਕੋਈ ਅਧਿਆਪਕਾਂ ਦੀ ਆਵਾਜ਼ ਆ ਕੁਝ ਵੀ ਕਹਿ ਦੇ ਯਾਰ ਬਸ ਠੀਕ ਹੈ ਜੀ, ਜਾਂ ਤੁਸੀਂ ਕਰਕੇ ਦਿਓ, ਇਹ ਕਿਉਂ ਨਹੀਂ ਹੋ ਰਿਹਾ। ਅਸੀਂ ਕੁਐਸਚਨ ਕਰਨਾ, ਅਸੀਂ ਲੋਕਾਂ ਦੇ ਵਾਂਗੂ ਲੋਕਾਂ ਦੇ ਵਿਚਾਲੇ ਖੜ ਕੇ ਇਹ ਗੱਲ ਕਰਨੀ ਚਾਹੁੰਦੇ ਵੀ ਯਾਰ ਹਾਂ ਮੈਂ ਵੀ ਇਹਨਾਂ ਦੇ ਪੱਖ 'ਚ ਹਾਂ, ਕਰੋ ਜੀ, ਮੈਂ ਤੁਹਾਡਾ ਨੁਮਾਇੰਦਾ ਦਿੱਤਾ ਹੋਇਆ, ਪਰ ਇਹਦਾ ਕੰਮ ਕਰਨਾ ਪੈਣਾ ਜੀ ਆਪਾਂ ਨੂੰ। ਨੋਰਮਲੀ ਤੁਸੀਂ ਜਿਹੜਾ ਹੁਣ ਤੱਕ ਸਟੇਜਾਂ ਤੋਂ ਬੋਲਦੇ ਹੋ ਜਾਂ ਜਿੰਨਾ ਕੁ ਮੈਂ ਫੋਲੋ ਕੀਤਾ, ਉੱਥੇ ਤਾਂ ਤੁਸੀਂ ਚੈਲੇਂਜ ਹੀ ਕਰਦੇ ਹੋ ਕਿਸੇ ਨੂੰ ਕਿਸੇ ਨੂੰ, ਜਾਂ ਚੈਲੇਂਜ ਕਰਤਾ ਜਾਂ ਪੰਗਾ ਲੈ ਲਿਆ ਕੋਈ ਨਵਾਂ, ਅਤੇ ਫਿਰ ਪੋਲੀਟਿਕਸ 'ਚ ਵੀ ਪੰਗਾ ਹੀ ਚੱਲੂ? ਨਹੀਂ ਨਹੀਂ, ਪੰਗਾ ਨਹੀਂ, ਗੱਲ ਜਿੱਥੇ ਤੁਹਾਡੇ ਹੱਕਾਂ ਦੀ ਆ ਜਾਂਦੀ ਹੈ। ਸਾਰੀ ਜ਼ਿੰਦਗੀ ਬੰਦਾ ਸੇਮ ਨਹੀਂ ਰਹਿੰਦਾ ਜੀ, ਜਦੋਂ ਮੈਂ 2017 ਦੇ ਵਿੱਚ ਮੈਂ ਜਦੋਂ ਸ਼ੁਰੂ ਕੀਤਾ ਸੀ ਮੈਂ 24 ਸਾਲਾਂ ਦਾ ਸੀ, 23-24 ਸਾਲਾਂ ਦਾ ਸੀ, ਅੱਜ ਮੈਂ 27-27 ਸਾਲਾਂ ਦਾ ਹੋ ਗਿਆ। 3 ਸਾਲਾਂ ਦੇ ਵਿੱਚ ਮੈਂ ਸੋਚਦਾ ਮੇਰੇ 'ਚ ਕਾਫੀ ਬਦਲਾਅ ਆਇਆ, ਅਤੇ ਜਦੋਂ ਮੈਂ 32-33 ਦਾ ਹੋਊਂਗਾ ਉਦੋਂ ਵੀ ਮੇਰੇ 'ਚ ਕਾਫੀ ਬਦਲਾਅ ਆ ਜੂਗਾ। ਸੋ ਬੰਦਾ ਰਿਅਲਾਈਜ਼ ਹੁੰਦਾ ਕਿ ਪਹਿਲੇ ਥੋੜ੍ਹੀਆਂ ਗਲਤੀਆਂ ਕਰਦੇ ਸੀ ਹੁਣ ਘਟੀਆਂ? ਸਾਰੇ ਗਲਤੀਆਂ ਕਰਦੇ, ਮੈਂ ਵੀ ਕੀਤੀਆਂ ਨੇ, ਮੈਂ ਇਸ ਚੀਜ਼ ਤੋਂ ਜਵਾਬ ਦਿੰਦਾ। ਜਦੋਂ ਬੰਦਾ ਕਹਿੰਦੇ ਹੁੰਦੇ ਨੇ ਵੀ ਇੱਕੋ ਦਮ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਤਾਂ ਕਈ ਵਾਰੀ ਸਕਸੈਸ ਜਦੋਂ ਜਿਹੜੀ ਸ਼ੋਰਟ ਟਾਈਮ ਪੀਰੀਅਡ ਦੇ ਵਿੱਚ, ਸ਼ੋਰਟ ਟਾਈਮ ਪੀਰੀਅਡ ਤਾਂ ਮੈਂ ਤਾਂ ਕਹਿ ਰਿਹਾ ਵੀ ਇੱਕਦਮ ਬਹੁਤ ਜ਼ਿਆਦਾ ਚੀਜ਼ਾਂ ਨੇ ਘੇਰ ਲਿਆ ਹੋਣਾ, ਸੋ ਉਹ ਚੀਜ਼ਾਂ ਕਈ ਵਾਰੀ ਉਹ ਫਿਰ ਨਾਲ ਚੀਜ਼ਾਂ ਲੈ ਕੇ ਆਉਂਦੀ ਆ, ਉਹ ਕਈ ਵਾਰੀ ਗਲਤੀਆਂ ਵੀ ਹੁੰਦੀਆਂ ਨੇ ਅਤੇ ਬੰਦਾ ਉਹਦੇ ਤੋਂ ਸਿੱਖਦਾ ਵੀ ਹੈ, ਮੈਂ ਵੀ ਸਿੱਖਿਆ। ਤੁਹਾਨੂੰ ਜਿਹੜੀ ਸਕਸੈਸ ਮਿਲੀ ਉਹਨੂੰ ਤੁਸੀਂ ਇਮੀਡੀਏਟਲੀ ਕੰਟਰੋਲ ਨਹੀਂ ਕਰ ਪਾਏ, ਇਸ ਕਰਕੇ ਗਲਤੀਆਂ ਹੋਈਆਂ? ਨਹੀਂ ਨਹੀਂ ਨਹੀਂ, ਮੈਨੂੰ ਇਹ ਦੱਸੋ ਗਲਤੀਆਂ ਕਰਦਾ ਕੌਣ ਨਹੀਂ? ਗਲਤੀਆਂ ਤਾਂ ਕਿਸੇ ਲੈਵਲ 'ਤੇ ਵੀ ਤੁਸੀਂ ਜਿੰਨੀ ਕੁ ਵੀ ਜਿਹਦੀ ਜਿੰਨੀ ਕੁ ਅਹੁਦਾ ਮਿਲਦਾ ਉਹ ਉੰਨੇ ਕੁ ਲੈਵਲ ਦੀ ਗਲਤੀ ਕਰ ਦਿੰਦਾ। ਹਾਂ, ਜਿਹਦੇ ਕੋਲ ਵੱਡਾ ਹੁੰਦਾ ਉਹਦੀ ਗਲਤੀ ਵੱਡੀ ਵੀ ਹੋ ਜਾਂਦੀ ਹੈ। ਸੋ ਮੈਂ ਕੋਈ ਇਹੋ ਜਿਹੀ ਕੋਈ ਗਲਤੀ ਨਹੀਂ ਕੀਤੀ। ਹਾਂ, ਕਈ ਵਾਰੀ ਆਪਾਂ ਬੋਲ ਜਾਂਦੇ ਹਾਂ, ਮੈਂ ਯੰਗ ਵੀ ਹਾਂ, ਉਮਰ ਦੇ ਹਿਸਾਬ ਨਾਲ ਆਪਾਂ ਨੂੰ ਜਜ਼ਬਾਤੀ ਵੀ ਹਾਂ, ਥੋੜ੍ਹੇ ਜਿਹੇ ਹੋ ਜਾਂਦਾ। ਸੋ ਮੇਰੇ ਤੋਂ ਵੀ ਹੋਈਆਂ ਨੇ, ਉਹ ਕੰਟਰੋਲ ਕਰਦੇ ਹਾਂ। ਤੁਸੀਂ ਅਧਿਆਪਕਾਂ ਦੀ ਗੱਲ ਕਰ ਰਹੇ ਸੀ ਹੁਣੀ, ਕਾਂਗਰਸ ਪਾਰਟੀ ਨੇ ਤੁਹਾਨੂੰ ਟਿਕਟ ਦਿੱਤਾ ਹੈ, ਕਾਂਗਰਸ ਦਾ 5 ਸਾਲ ਦਾ ਰਾਜ ਸੀ, ਤੁਹਾਡੀ ਨਜ਼ਰ 'ਚ ਕਾਂਗਰਸ ਦੀ ਵਰਕਿੰਗ ਕਿਵੇਂ ਰਹੀ? ਔਰ ਅਗਰ ਉਹਨੂੰ ਅਸੀਂ ਦੇਖੀਏ, ਕਿਆ ਲੋਕ ਖੁਸ਼ ਹੈ ਕਾਂਗਰਸ ਦੀ ਵਰਕਿੰਗ ਤੋਂ 5 ਸਾਲ 'ਚ? ਨਹੀਂ ਨਹੀਂ, 4.5 ਸਾਲ ਤਾਂ ਕੈਪਟਨ ਸਾਹਿਬ ਦਾ ਰਾਜ ਹੀ ਰਿਹਾ, ਉਹ ਤਾਂ ਕਾਂਗਰਸ ਦਾ ਰਾਜ ਸੀ, ਤਾਂ ਕਾਂਗਰਸ ਦਾ ਹੀ ਉਹ ਵੀ, ਉਹ ਕੈਪਟਨ ਸਾਹਿਬ ਕਾਂਗਰਸ ਦੇ ਸੀ, ਕਹਿ ਰਹੇ ਹੁਣ ਕਾਂਗਰਸ ਦਾ ਜੀ, ਪਰ ਉਹ ਕੋਈ ਗਤੀਵਿਧੀ ਤਾਂ ਕੋਈ ਕੁਛ ਹੋਈ ਨਹੀਂ, ਇੰਨੀ ਕੋਈ ਖਾਸ ਨਹੀਂ ਹੋਈ। ਸੋ 113 ਦਿਨਾਂ ਦੇ ਵਿੱਚ ਜਿੰਨਾ ਚੰਨੀ ਸਾਹਿਬ ਨੇ ਕੀਤਾ ਵਧੀਆ ਕੀਤਾ, ਅਤੇ ਕੈਪਟਨ ਸਾਹਿਬ ਨੇ ਜੋ 4.5 ਸਾਲਾਂ 'ਚ ਕੀਤਾ ਉਹ? ਹਾਂ ਠੀਕ ਹੈ, ਪਰ ਲੋਕ ਖੁਸ਼ ਨਹੀਂ ਉਸ ਚੀਜ਼ ਤੋਂ। ਤੁਸੀਂ ਖੁਸ਼ ਹੋਏ ਨਹੀਂ? ਮੈਂ ਤਾਂ ਦੇਖੋ ਜੀ, ਮੈਂ ਤਾਂ ਆਰਟਿਸਟ ਸੀ, ਮੇਰੇ ਤਾਂ ਉਹਨਾਂ ਦੇ ਕਾਰਜਕਾਲ ਦੇ ਵਿੱਚ ਪਰਚੇ ਹੋਏ ਨੇ, ਮੈਂ ਤਾਂ ਚਲੋ ਠੀਕ ਹੈ, ਮੈਨੂੰ ਤਾਂ ਚਲੋ ਮੇਰੇ ਪਰਚੇ ਤਾਂ ਇੰਡੀਵਿਜੁਅਲੀ ਲਾ ਲਓ, ਚਲੋ ਵੀ ਇਹ ਵੀ ਠੀਕ ਹੈ, ਮੇਰੇ ਫਾਦਰ ਸਾਹਿਬ ਵੀ ਕਾਂਗਰਸ ਸੀ, ਪਰਿਵਾਰ ਪਰਚੇ ਕਾਹਦੇ ਦੇ ਤੁਹਾਡੇ? ਮੇਰੇ ਤਾਂ ਘਰੇ ਬੈਠੇ ਤੀ ਹੋ ਜਾਂਦੇ ਸੀਗੇ ਉਹੀ, ਉੱਦਾਂ ਹੀ ਜੇ ਕਿਸੇ ਨੇ ਕੋਈ ਉਹੀ ਕੰਪਲੇਂਟ ਵੀ ਕਹਿ ਤੀ ਵੀ ਹਾਂ ਸਿੱਧੂ ਘਰੇ ਬੈਠਾ, ਕੀ ਕਹਿੰਦੇ ਹੁੰਦੇ ਹੈਗੇ ਵੀ ਆਹ ਖਾ ਰਿਹਾ ਪੀ ਰਿਹਾ, ਕਰ ਦਿਓ ਪਰਚਾ। ਉਹ IPC ਆ ਗਈ ਕਿ ਖਾਣ ਪੀਣ ਦੇ ਵੀ ਪਰਚੇ ਹੋ ਗਏ? ਬਸ ਉਹੀ ਹੋਇਆ, ਇੱਕ ਵਾਰੀ ਕੀ ਹੋਇਆ, ਬੜੀ ਹਾਸੋਹੀਣੀ ਗੱਲ ਹੈ, ਮੇਰੇ ਕੋਲ ਕੋਈ ਮੇਰਾ ਦੋਸਤ ਮਿੱਤਰ ਮੇਰੇ ਕੋਲ ਆ ਗਿਆ, ਅਸੀਂ ਘਰੇ ਬੈਠੇ ਹਾਂ ਅਤੇ ਮੇਰੇ ਨਾ ਲਾਤੇ 7 ਵਜੇ, ਮੰਮਾ ਵੀ ਮੇਰੇ ਨਾਲ ਨੇ, ਉਹ ਵੀ ਮੇਰਾ ਦੋਸਤ ਮਿੱਤਰ ਸੀ, ਉਹ ਗਾਣਾ ਗਾ ਰਿਹਾ, ਗੁਣਗੁਣਾ ਰਿਹਾ, ਮੈਂ ਵੀ ਉਹਨਾਂ ਨਾਲ ਗੁਣਗੁਣਾ ਰਿਹਾ, ਅਤੇ ਉਹਨਾਂ ਨੇ ਸਨੈਪਚੈਟ 'ਤੇ ਵੀਡੀਓ ਪਾਤੀ ਸਿਰਫ ਗਾਉਂਦਿਆਂ ਦੀ, ਖਾਈ ਪੀਣ ਦੀ ਤੂੰ ਹੀ ਪਾਈ ਹੋਈ 7 ਸਿੱਕਿਆਂ ਦੀ। ਉਹ 3ਜੇ ਦਿਨ ਕਿਸੇ ਨੇ ਕੰਪਲੇਂਟ ਕਰਤੀ, ਕਹਿੰਦੇ ਇਹਨਾਂ ਨੇ ਇਹੋ ਜਿਹਾ ਗਾਣਾ ਗਾਇਆ ਜਿਹਦੇ ਨਾਲ ਵੀ ਲੋਕਾਂ ਦੀਆਂ ਜਿਹੜੇ ਹੁੰਦੇ ਨੇ ਵੀ ਜਜ਼ਬਾਤ ਬਲੂੰਦਰੇ ਗਏ, ਉਹ ਭੜਕ ਗਏ, ਅਤੇ ਉਹ ਅਸਲ ਦੇ ਵਿੱਚ ਉਹ ਵੀਡੀਓ ਜਿਹੜੀ ਪਾਈ ਸੀ ਉੱਥੋਂ ਅਖਬਾਰ ਨੇ ਚੱਕ ਲਈ, ਉਹਨਾਂ ਨੇ ਖਬਰ ਲਾਤੀ ਵੀ ਫਲਾਨਾ ਅਤੇ ਫਲਾਨਾ ਕਲਾਕਾਰ ਸਿੱਧੂ ਅਤੇ ਇੱਕ ਹੋਰ ਕਲਾਕਾਰ ਇੰਜੋਏ ਕਰਦੇ ਪਏ ਮਾਤਾ ਪਿਤਾ ਨਾਲ, ਹੈ ਨਾ, ਗੁਣਗੁਣਾਉਂਦੇ
ਪੈਸੇ ਕਮਾਏ ਗਏ ਉਹੀ ਕਾਰਵਾਈ। ਸੋ ਮੈਂ ਹਾਸੋਹੀਣੀ ਜੀ ਮੈਨੂੰ ਗੱਲ ਲੱਗੀ, ਮੈਂ ਕਿਹਾ ਜੀ ਜੇ ਘਰੇ ਬਹਿ ਕੇ ਗਣਗਣਾਉਣ ਤੇ ਵੀ ਪਰਚੇ ਹੋਣ ਲੱਗ ਗਏ ਵੀ ਫਿਰ ਇਹ ਕਿੱਦਾਂ ਹੋਊਗਾ। ਮੇਰੇ ਮਨ 'ਚ ਪੁੱਠੀ ਇਮੇਜ ਸੀਗੀ, ਮੈਨੂੰ ਇਹ ਲੱਗਦਾ ਸੀ ਕਿ ਸਿੱਧੂ ਮੂਸੇਵਾਲਾ ਫਾਇਰਿੰਗ ਕਰਦਾ ਹੈ, ਸਭ ਕੁਝ ਕਰਦਾ ਹੈ, ਉਹਦੇ 'ਤੇ ਪਰਚੇ ਦਵਾਉਣ ਲਈ ਲੋਕਾਂ ਨੂੰ ਹਾਈ ਕੋਰਟ ਜਾਣਾ ਪੈਂਦਾ ਹੈ, ਮੀਡੀਆ ਇੰਨਾ ਢਿੰਡੋਰਾ ਪਿੱਟਦਾ ਤਾਂ ਪਰਚਾ ਹੁੰਦਾ। ਮੈਨੂੰ ਲੱਗਦਾ ਸੀ ਪੁਲਿਸ ਤੁਹਾਡੇ 'ਤੇ ਪਰਚੇ ਨਹੀਂ ਦਿੰਦੀ। ਨਹੀਂ ਨਹੀਂ ਨਹੀਂ, ਮੇਰੇ 'ਤੇ ਤਾਂ ਪਰਚੇ ਐਂ ਹੁੰਦੇ ਸੀਗੇ ਵੀ ਜਿਵੇਂ ਉਹ ਕਹਿੰਦੇ ਹੁੰਦੇ ਨੇ ਗੋਲ ਨਹੀਂ ਉਹਦੇ 'ਚ ਉੱਡਦੇ ਹੁੰਦੇ, ਥਾਈ 'ਚ ਉੱਡਦੇ ਹੁੰਦੇ ਆ, ਖੜਕਾ ਹੁੰਦਾ ਉਵੇਂ ਪਰਚੇ ਸੁੱਟਦੇ ਸੀਗੇ, ਉਠਾ ਠਾ 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 ਐਂ ਪਰਚੇ। ਪਰ ਪਤਾ ਨਹੀਂ, ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ, ਮੈਨੂੰ ਤਾਂ ਇਹੀ ਪਤਾ ਲੱਗਦਾ ਹੁੰਦਾ ਵੀ ਆਹ ਹਾਂ ਇੱਥੇ ਪਰਚਾ ਹੋ ਗਿਆ, ਠੀਕ ਹੈ ਭਾਈ। ਤੋ ਯਕੀਨ ਨਹੀਂ ਕਰਦੇ ਮੈਨੂੰ ਇੰਨੇ ਸੰਮਣ ਆਏ, ਇੰਨੇ ਕੋਈ ਮੈਨੂੰ ਐਂ ਲੱਗਣ ਲੱਗ ਗਿਆ ਵੀ ਯਾਰ ਸਾਰੀ ਦੁਨੀਆ ਮੇਰੇ ਵੱਲ ਦੇਖੀ ਜਾਂਦੀ ਹੈ ਵੀ ਕਿਤੇ ਕਿਤੇ ਇਹ ਵੀ ਨਜਾਇਜ਼ ਜਿਹਾ ਕੰਮ, ਹੈ ਨਾ। ਹੁਣ ਉਹੀ ਪਰਚੇ ਕਾ ਯਾਨੀ ਕਿ ਜਦੋਂ ਉੱਥੇ ਐਸ ਐਸ ਪੀ ਸਾਹਿਬ ਕੋਲ ਗੱਲ ਵੀ ਆਹ ਪਰਚੇ ਦਾ ਕੀ ਆਧਾਰ ਸੀਗਾ, ਮੈਂ ਹੀ ਹੁਣ ਤੁਸੀਂ ਦੇਖੋ ਕੀ ਆਧਾਰ ਸੀਗਾ ਵੀ ਕੀ ਗੱਲ ਹੀ ਨਹੀਂ ਬਣਦੀ। ਫਿਰ ਕੋਈ ਸਪੈਸੀਫਿਕ ਤੁਹਾਨੂੰ ਕੋਈ ਪੋਲੀਟੀਸ਼ੀਅਨ ਜਾਂ ਅਫਸਰ ਲੱਗਦੇ ਸੀ ਜਿਹੜੇ ਸਪੈਸੀਫਿਕਲੀ ਤੁਹਾਡੇ 'ਤੇ ਹੀ ਪਰਚੇ ਬਣਾਉਂਦੇ? ਰੱਬ ਜਾਣੇ ਜੀ, ਖੁਦਾ ਜਾਣੇ ਹੁਣ ਕੀ ਸਿਚੁਏਸ਼ਨ ਸੀ, ਕਿਉਂ ਹੋ ਰਿਹਾ ਸੀ, ਪਰ ਬਹੁਤ ਹੋਇਆ ਜੀ। ਕਿੰਨੇ ਪਰਚੇ ਹੈ ਤੁਹਾਡੇ 'ਤੇ ਟੋਟਲ? ਮੈਨੂੰ ਤਾਂ ਪਤਾ ਨਹੀਂ ਗਿਣਤੀ, ਮੈਨੂੰ ਤਾਂ ਮੈਨੂੰ ਲੱਗਦਾ ਹੋਣਗੇ 4-5 ਪਰਚੇ ਹੋਣਗੇ। ਫਿਰ ਤਾਂ ਵਧੀਆ ਹੋ ਜਾਏਗਾ ਜੇ ਤੁਸੀਂ ਚੋਣਾਂ 'ਚ ਜੇ ਰੱਬ ਨੇ ਸਾਥ ਦੇ ਦਿੱਤਾ ਫਿਰ ਆਪਣੇ ਪਰਚੇ ਪੁਰਚੇ ਹਵਾ। ਪਤਾ ਕੀ ਗੱਲ ਹੈ, ਜੇ ਉਹਨਾਂ 'ਚ ਕੋਈ ਸੱਚਾਈ ਹੋਊਗੀ ਤਾਂ ਜ਼ਰੂਰ ਮੇਰੇ 'ਤੇ ਐਕਸ਼ਨ ਹੋਊਗਾ, ਜੇ ਸੱਚਾਈ ਨਹੀਂ ਹੋਊਗਾ ਤਾਂ ਜੋ ਪਹਿਲਾਂ ਕੁਐਸ਼ਨਾਂ ਪਈਆਂ ਨਹੀਂ ਉਹ ਵੀ ਪੈਣਗੀਆਂ। ਪੁਲਿਸ ਨੋਰਮਲੀ ਆਪਣੇ ਹਥਿਆਰ ਨੂੰ ਟੱਚ ਨਹੀਂ ਕਰਨ ਦਿੰਦੀ ਕਿਸੇ ਨੂੰ, ਤੁਹਾਡੇ ਮੈਂ ਵੀਡੀਓ ਦੇਖੇ ਤੁਸੀਂ AK-47 ਲੈ ਕੇ ਆਰਾਮ ਨਾਲ ਕਰੋਨਾ 'ਚ ਫਾਇਰਿੰਗ ਕਰ ਰਹੇ ਸੀ। ਮੈਂ ਤੁਹਾਨੂੰ ਦੱਸਦਾ ਜੀ ਵੀ ਜਦੋਂ ਆਪਾਂ ਅੱਖਾਂ ਸਾਹਮਣੇ ਕੁਛ ਵੀ ਹੁੰਦਾ ਨਾ ਆਪਾਂ ਸਾਰੇ ਉਹਦੇ ਯਕੀਨ ਕਰ ਲੈਂਦੇ। ਉਹ ਕੇਸ ਚੱਲ ਰਿਹਾ ਹਲੇ, ਹੈ ਨਾ, ਉਹ ਵੀਡੀਓ ਆਈ, ਉਹ ਵੀਡੀਓ ਦੇ ਤੱਥ ਨਹੀਂ ਕਲੀਅਰ ਹੋਏ ਹਲੇ ਤੱਕ। ਉਹ ਜਿਹੜੀ ਵੀਡੀਓ ਆਈ ਹੈ ਫੋਰੈਂਸਿਕ ਲੈਬ ਨੇ ਕਿਹਾ ਵੀ ਉਹ ਐਡੀਟਡ ਹੈ, ਉਹ ਜਦੋਂ ਕੇਸ ਕੋਈ ਆਊਗਾ ਉਦੋਂ ਪਤਾ ਲੱਗੂਗਾ ਵੀ ਕੀ ਇਹਦੇ 'ਚ ਸੱਚ। ਲੇਕਿਨ ਜਦੋਂ FIR ਹੋਈ ਤਾਂ ਪੁਲਿਸ ਨੇ ਇਨਕੁਆਇਰੀ ਤਾਂ ਕੀਤੀ ਹੋਣੀ ਨਾ, ਉਹ DSP ਔਰ ਉਹਦੇ ਗਨਮੈਨ ਹੀ ਸੀਗੇ ਸਾਰੇ। ਮੈਂ ਤੁਹਾਨੂੰ ਕਹੀ ਜਾਂਦਾ ਵੀ ਇਨਕੁਆਇਰੀ ਜਦੋਂ ਹੋਊਗੀ ਨਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ, ਤੱਥ ਸਾਹਮਣੇ ਆ ਜਾਣੇ। ਆਹ ਹੁਣ ਵੀ ਆਏ ਨੇ ਪਰਚੇ, ਤਾਂ ਤੁਹਾਨੂੰ ਮੈਂ ਦੱਸੀ ਜਾਂਦਾ ਵੀ ਘਰੇ ਬੈਠਿਆਂ 'ਤੇ ਵੀ ਹੋ ਜਾਂਦੇ ਨੇ, ਇਹ ਤਾਂ ਬਹੁਤ ਵੱਡੀ ਗੱਲ ਹੈ, ਇਹ ਚੀਜ਼ਾਂ ਚੱਲਦੀਆਂ। ਤੇ ਉਹ ਧੁਰੀ 'ਚ ਜਿਹੜਾ ਇੱਕ ਪਿਸਟਲ ਫਾਇਰ ਹੋ ਰਿਹਾ ਸੀ, ਮੈਂ ਤੁਹਾਨੂੰ ਦੱਸਦਾ ਜੀ, ਮੈਂ ਤੁਹਾਨੂੰ ਕਹੀ ਜਾਂਦਾ ਵੀ ਉਹ ਪਰਚਾ ਹੋ ਗਿਆ, ਉਹ ਕੋਰਟ ਦੇ ਵਿੱਚ ਕੇਸ ਹੈ। ਉਹ ਜਦੋਂ ਕੋਰਟ ਦੇ ਵਿੱਚ ਮੈਂ ਗਿਲਟੀ ਪਾਇਆ ਗਿਆ, ਮੈਂ ਤੋਂ ਕੁਐਸਚਨ ਪੁੱਛਿਓ, ਜੇ ਮੈਂ ਬਰੀ ਹੋਇਆ ਫਿਰ ਮੈਂ ਤੁਹਾਨੂੰ ਦੱਸ ਦੂੰਗਾ, ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਇਹ ਚੀਜ਼, ਜੇ ਮੈਂ ਸੱਚੀ ਉਹਦੇ 'ਚ ਉਹ ਚੀਜ਼ ਸਹੀ ਹੋਈ ਤਾਂ ਫਿਰ ਨਹੀਂ। ਉਹ ਵੈਪਨ ਜਿਹੜਾ ਫਾਇਰਿੰਗ ਕਰਨ ਦਿਆ ਉਹ ਵੀ ਫਰਜ਼ੀ ਕੇਸ ਕਹਿੰਦੇ ਹੋ ਤੁਸੀਂ, ਉਹ ਵੀ ਗਲਤ ਹੈ? ਮੈਂ ਕਿਹਾ ਜੀ ਤੁਹਾਨੂੰ ਮੈਂ ਇਹੀ ਗੱਲ ਕਹਿ ਰਿਹਾ ਵੀ ਮੈਂ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਕੋਈ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦਾ ਵੀ ਇਹ ਕਿਉਂ ਹੋਇਆ ਕੀ ਹੋਇਆ, ਵੀ ਜਦੋਂ ਉਹ ਕੋਰਟ ਦੇ ਵਿੱਚ ਜਾਊਗਾ ਉਹ ਕਲੀਅਰ ਹੋਊਗਾ, ਇਨਕੁਆਇਰੀ ਹੋਊਗੀ, ਉਹ ਤੋਂ ਬਾਅਦ ਕੋਰਟ ਫੈਸਲਾ ਸੁਣਾਊਗੀ, ਆਪਾਂ ਉਸ ਦਿਨ ਗੱਲ ਕਰਾਂਗੇ ਇਸ ਚੀਜ਼ ਬਾਰੇ। ਉਸ ਦਿਨ ਤਾਂ ਕਰ ਹੀ ਲਾਂਗੇ, ਪਰ ਇੱਕ ਆਹਮਣੇ ਸਾਹਮਣੇ ਜਦੋਂ ਆਦਮੀ ਹੁੰਦਾ ਉਹ ਆਪਣਾ ਆਦਮੀ ਪਕਸ਼ ਤਾਂ ਰੱਖਦਾ ਹੈ ਨਾ ਕਿ ਉਹ ਵੈਪਨ ਸਹੀ ਸੀ ਨਹੀਂ ਸੀ। ਅਗਰ ਸਹੀ ਨਹੀਂ ਸੀ ਤਾਂ ਆਦਮੀ ਉਹਨੂੰ ਫਾਇਰਿੰਗ ਰੇਂਜ 'ਚ ਲਿਜਾ ਕੇ ਯੂਜ਼ ਕਿਉਂ ਕਰ ਰਿਹਾ? ਮੈਂ ਤੁਹਾਨੂੰ ਦੱਸਦਾ ਜੀ, ਪਕਸ਼ ਸਭ ਤੋਂ ਵੱਡਾ ਰੱਖਣ ਵਾਲਾ ਸਮਾਂ ਹੁੰਦਾ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ। ਮੈਂ ਜੇ ਸਾਰੀਆਂ ਚੀਜ਼ਾਂ ਦੇ ਪੱਖ ਮੈਂ ਹੀ ਰੱਖਣ ਲੱਗ ਗਿਆ ਤਾਂ ਮੈਂ ਆਪਦੇ ਕੰਮ ਕਿਹੜੇ ਵੇਲੇ ਕਰੂੰਗਾ? ਮੇਰੇ ਕੋਲ ਬਹੁਤ ਕੰਮ ਕਰਨ ਨੂੰ ਆ, ਲੋਟ ਆਫ ਥਿੰਗ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨੀਆਂ ਅਤੇ ਲੋਕਾਂ ਦੀ ਕਰਨੀਆਂ। ਜੇ ਮੈਂ ਇਹਨਾਂ ਚੀਜ਼ਾਂ ਦੇ ਪੱਖ ਰੱਖਣ ਲੱਗ ਗਿਆ, ਬਹੁਤ ਲੋਕ ਡਲੇ ਮਾਰਦੇ ਨੇ, ਬਹੁਤ ਲੋਕ ਗਾਲਾਂ ਦਿੰਦੇ ਨੇ, ਮੈਂ ਸਾਰਿਆਂ ਮੂਹਰੇ ਆਪਣਾ ਪੱਖ ਰੱਖੀ ਗਿਆ ਤਾਂ ਮੈਂ ਆਪਣੀ ਜ਼ਿੰਦਗੀ ਕਿਵੇਂ ਜਿਊਂਗਾ? ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਮੇਰੇ 'ਤੇ ਬੜੇ ਇਲਜ਼ਾਮ ਨੇ, ਇਹ ਤੋਂ ਇਲਾਵਾ ਵੀ ਬੜੇ ਇਲਜ਼ਾਮ ਲੱਗੇ ਨੇ, ਤਾਂ 3-4 ਕੇਸ ਹੋਰ ਨੇ ਜਿਹੜੇ ਤੁਹਾਡੇ ਸਾਹਮਣੇ ਨੇ, ਹਜੇ ਹਜ਼ਾਰਾਂ ਕੰਪਲੇਂਟਾਂ ਮੇਰੇ 'ਤੇ ਥਾਣਿਆਂ 'ਚ ਪਈਆਂ ਨੇ ਜਿਨ੍ਹਾਂ ਦਾ ਕੋਈ ਮੂੰਹ ਸਿਰ ਹੀ ਨਹੀਂ। ਸੋ ਮੈਂ ਸਾਰਿਆਂ ਦਾ ਜਵਾਬ ਦੇਣ ਲੱਗ ਜਾਊਂ, ਸਾਰਿਆਂ ਸੰਮਣਾਂ ਦਾ ਜਵਾਬ ਦੇਣ ਲੱਗ ਜਾਊਂ, ਤਾਂ ਮੈਂ ਕੰਮ ਕਿਹੜੇ ਵੇਲੇ ਕਰੂੰਗਾ? ਇਹ ਸਾਰਿਆਂ 'ਤੇ ਪਰਚੇ ਹੁੰਦੇ ਨੇ, ਸਾਰਿਆਂ 'ਤੇ ਕੇਸ ਪਾਉਂਦੇ ਪੈਂਦੇ ਨੇ। ਅੱਜ ਤੋਂ ਜਦੋਂ ਮੈਂ ਗਾਉਂਦਾ ਨਹੀਂ ਸੀ, ਜਦੋਂ ਮੇਰਾ ਨਾਮ ਨਹੀਂ ਸੀ, ਉਦੋਂ ਮੇਰੇ 'ਤੇ ਕਿੰਨੇ ਕੁ ਪਰਚੇ ਹੋਏ ਜੀ? ਤੁਹਾਡੀ ਸਕਸੈਸ, ਤੁਹਾਡਾ ਨਾਮ ਜਿਹੜਾ ਹੈ ਉਹ ਤੁਹਾਡੇ 'ਤੇ ਪਰਚਿਆਂ ਲੋਕਾਂ ਨੂੰ ਲੈ ਕੇ ਜਾਂਦਾ ਹੈ ਜਾਂ ਏਜੰਸੀਆਂ ਤਾਂ ਪਰਚੇ ਦਿੰਦੀਆਂ? ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਉਹ ਤੁਹਾਨੂੰ ਕਹਿ ਰਿਹਾ ਸੀ ਨਾ ਵੀ ਜਦੋਂ ਸ਼ਾਰਟ ਟਾਈਮ ਪੀਰੀਅਡ ਸਕਸੈਸ ਹੁੰਦੀ, ਜਦੋਂ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਨਾਮ ਮਿਲ ਜਾਂ, ਤਾਂ ਉਹ ਕਈ ਵਾਰੀ ਕਈ ਚੀਜ਼ਾਂ ਦਾ ਕਾਰਨ ਬਣ ਜਾਂਦਾ। ਇਹ ਬੜੇ ਆਰਟਿਸਟਾਂ ਨਾਲ ਹੋਇਆ, ਪੰਜਾਬ 'ਚ ਪਹਿਲੀ ਵਾਰੀ ਮੇਰੇ ਨਾਲ ਹੋਇਆ। ਤੁਸੀਂ ਜੇ ਕਿਤੇ ਹਿਪ ਹੌਪ ਦਾ ਇਤਿਹਾਸ ਪੜ੍ਹੋਗੇ, ਟੂਪਾਕ ਸ਼ਕੂਰ ਦਾ ਹਿਸਟਰੀ ਪੜ੍ਹੋਗੇ, ਉਹ ਬੰਦਾ ਮਰ ਗਿਆ ਅੱਜ, ਉਹਦੇ 'ਤੇ ਰੇਪ ਦਾ ਪਰਚਾ ਸੀ, ਉਹਦੇ 'ਤੇ ਸ਼ੂਟਿੰਗ ਦਾ ਪਰਚਾ ਸੀ, ਉਹਨੇ ਗੋਲੀਆਂ ਚਲਾਤੀਆਂ ਸੀ, 2 ਪੁਲਿਸ ਵਾਲਿਆਂ 'ਤੇ ਗੋਲੀਆਂ ਵੱਜ ਗਈਆਂ ਸੀ ਆਫ ਡਿਊਟੀ 'ਤੇ, ਉਹਦੇ 'ਤੇ ਕੁੱਟਮਾਰ ਦਾ ਪਰਚਾ ਸੀ। ਪਰ ਜਦੋਂ ਉਹ ਕੇਸ ਅੱਜ ਅਸੀਂ ਉਹਦੇ ਮਰਨ ਤੋਂ ਬਾਅਦ ਦੇਖਦੇ ਹਾਂ, ਕੁਛ ਵੀ ਨਹੀਂ ਸੀ, ਕੋਈ ਹਨੀ ਟ੍ਰੈਪ ਨਿਕਲਿਆ, ਕੋਈ ਥ੍ਰੈਟ ਟ੍ਰੈਪ ਨਿਕਲਿਆ, ਕੋਈ ਐਕਸਟ੍ਰੋਸ਼ਨ ਦਾ ਕੇਸ ਨਿਕਲਿਆ, ਸਾਰਾ ਕੁਛ ਹੈ। ਸੋ ਇੱਕ ਆਰਟਿਸਟ ਜਦੋਂ ਕੋਈ ਰੇਸ ਕਰਦਾ ਹੈ, ਉਹਦੇ ਨਾਲ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਨੇ। ਪਰ ਬਹੁਤ ਸਾਰੇ ਆਰਟਿਸਟ ਵੱਡੇ ਬੰਦੇ ਆ, ਇੰਨੇ ਸਟਾਰਸ ਹੈਗੇ ਆ, ਲੇਕਿਨ ਇਹ ਕੁਛ ਇੱਕ ਨਾਲ ਹੀ ਕਿਉਂ ਹੁੰਦਾ ਹੈ ਕਿ ਹਰ ਕੰਟਰੋਵਰਸੀ 'ਚ ਉਹਨਾਂ ਦਾ ਨਾਮ ਕਿਉਂ? ਮੈਂ ਤੁਹਾਨੂੰ ਆਨਸਰ ਦਿੰਦਾ, ਇੱਕ ਛੋਟੀ ਜਿਹੀ
फिर अगर पॉलिटिक्स च भी इदा ही रहा फिर तो बड़ा औखा हो जाएगा। कम पॉलिटिक्स च तो जब तक पार्टी ना चाहे जब तक हाई कमांड ना चाहे उदों तक बंदा बोल ही नहीं सकता। फिर तुसी किवें उत्थे भी फुल स्टॉप लगाओगे आउट ऑफ कंट्रोल? मैं तुहानू दसदा जी, कोई भी पार्टी है संप्रदावान ने समाज के भलाई वास्ते ने लोगों की भलाई वास्ते जे असीं लोगों के हित च ना बोल सके तो साडा पार्टी दे विच होना या पॉलिटिक्स दे विच होना या ना होना इको जिहा। सो मेरी तो कोशिश यही है भी जो ग्राउंड रियलिटी है जो जमा अनटाइड सच है जिते कोई फिल्टर नहीं लग्या वो विधानसभा च जावे और सरकार अगे जाए। जिहड़ी भी पार्टी तुहानू विधानसभा च पहुँचाऊगी जे तुसी उन्हां ते ही पॉइंट आउट करोगे, बेसिकली लोगों की गल ही है नहीं सिस्टम ते पॉइंट आउट करना, वो तुहानू एक्सैप्ट कर लैणगे? पार्टियां माड़ियां नहीं होंदियां जी। आप पता की गल है, समटाइम्स जो आप कोई भी खेत्र दे विच विचरदे नहीं। हाँ मैं तुहाडे समझना तुसी जर्नलिज्म दे विच बहुत लीडर्स नूं मिले होंगे, मैं बहुत नवा, मैं बहुत यंग हाँ, शायद थोड़ा मेरिया गल्ला इमेच्योर लगदियां होणगियां फॉर द टाइम, पर कितना कितने कोई भी चीज़ इंपॉसीबल नहीं हैगी। ये पॉलिटिक्स का भी ट्रेंड बदलिया जा सकता है, जे सिंगिंग का बदल सकता है। आप पहला लोग तुम्बी नाल गाउंदे होंदे सी, अज बिना तुम्बी तुसी भी गाउंदे सी, मैं तुहाडा वीडियो देखिया है। मैं भी गाउंदा सी, यानी कि उदों बाद ट्रेंड चेंज होया वो मैं आप करिया। सो कदे ये नहीं सोच सकते भी आप कदे किसी चीज़ से बदला ही नहीं आना। तो मैं तुम्हें दसदा भी पार्टियां कोई बुराई का वह नहीं होंदियां है भी जाए वो कह भी हाँ ये तो बोलना ही नहीं जो कर दी नहीं। हाँ प्रोटोकॉल्स होंगे ने भी कोई चीज़ इदा ना जाए उदा ना जाए, पर असी हद च रह के तो किस चीज़ का विरोध कर ही सकते हैं। तुहाडा रोल मॉडल कौन है पॉलिटिक्स? रोल मॉडल लोग ने जी। पॉलिटिक्स नहीं, लोग पॉलिटिक्स लोग तो वोट वोटर है। नहीं नहीं नहीं, तुसी रियल पॉलिटिक्स लोगों तो ही स्टार्ट होंगी है। एक पॉलीटिशियन पॉलीटिशियन बनाने वाले कौन ने? लोग ने ना। पॉलीटिशियन पोलिटिकल बंदे ज्ञान देने वाले भी की किमें तू बोलना है, किमें तू विचरना है, की नाल तू किमें गल करदी है, कित्थे हथ जोड़ने है, किहदे गोडी हथ लाने है, कित्थे तू थोड़ा जिहा गट्स नाल गल करदी है, ये लोग ही सिखाउंदे ना। सो मैं तो रोल मॉडल लोगों नूं मानदा। पंजाब या देश की राजनीति च कौन ऐसा लीडर है जिहड़ा तुहानूं लगदा है कि इहदा काम वधिया सी? लीडर बहुत बंदियां दे काम वधिया ने, जे सारियां पार्टियां दे विचों भी कोई ना कोई बंदा वधिया। मैं यानी कि यह नहीं कहना भी पार्टी कई वारी हुंदा ना भी तुसी पॉलिटिक्स च जांदे हो तां इह तां तय करदे हो ना यार कि मैं जिस तरह उन्हें काम कीता सी पब्लिकली मैं उदां करना है। मैं उस चीज़ का सवाल पूछ रहा। रोल मॉडल का मतलब है कि फलां पॉलिटिशियन सी जिहड़ा मैनूं लगदा है कि पब्लिकली काम करदा सी। मनमोहन सिंह जी बहुत वधिया काम कीता उन्होंने, जवानों घट बोले उन्होंने, कम ने ज़्यादा शोर किया भी हाँ यार मैं आ देखो इकनोमिक जी इतों की सिचुएशन है उन्होंने मैं कितना बैटर करता। सो मैं ये लगता भी यहोजा बंदा वो चंगा इंसान है भी यहोजे बंद रोल मॉडल मनना चाहिए। पंजाब च चीफ मिनिस्टर किस तरह का चेहरा होना चाहिए? पंजाब दे विच चीफ मिनिस्टर यहोजा होना चाहिए भी मेरे अकॉर्डिंग मैं ये लगता भी वह एक तो जरा सारी जांच होनी चाहिए धार्मिक पक्षों, क्योंकि साड़ी जिहड़ी सियासत है पंजाब दी वह कहिंदे हुंदे धर्म ते सियासत दा कुंडा हैगा जे आपां कह सकदे आ। धर्म ते सियासत बहुत ऐ पैरलल चलदी है। सो उहनूं उह इन्ना उहनूं नॉलेज होनी चाहीदी वी मैनूं किस चीज़ नाल कंट्रोल करना, क्योंकि साढ़े आए साल बेअदबियां हुंदियां ने, गुरु घरां ते अटैक हुंदे ने, मंदरां ते माल सट्टिया जांदा है, फिर सानूं लड़ाया जांदा हैगा धार्मिकली है ना रिलीजियसली सानूं लोक वंडदे ने। सो मैनूं इह लगदा वी उहनूं इस चीज़ ते निरपक्ष हो के चलना पैणा है। कांग्रेस च तुहानूं इस तरह दा चेहरा कौन लगदा है? कांग्रेस दे विचों पता की गल आई हले अगे आउणा, मैं कोई ज़्यादा कोई पोलीटिकल बंदा नहीं हैगा जां मैनूं मैं हले स्टार्ट कीता। सो मैनूं तां सारे ही चंगे लगदे ने भी कोई ना कोई जिहड़ा बंदा आऊगा तां मेरा तां सजेशन है भी आ जो हुण पिछले पाँच सालां दे विच इह चीज़ां होई जांदियां ने, कोई हुण हरिमंदर साहब दे विच गिआ वी सोचियां समझियां है ना, इह हालातां नूं खराब करन वास्ते ਤੁਸੀਂ ਬੇਅਦਬੀ ਕਰ ਰਹੇ ਹੋ। ਲੇਕਿਨ ਇੱਕ ਬੰਦਾ MLA ਦੀ ਚੋਣ ਲੜ ਰਿਹਾ ਹੈ, ਉਹਨੇ ਥੋੜ੍ਹਾ ਸੋਚਿਆ ਨਹੀਂ ਹੋਏਗਾ ਕਿ ਮੇਰੀ ਪਾਰਟੀ 'ਚ ਜਿਹਦੇ ਨਾਲ ਮੇਰੀ ਵਿਚਾਰਧਾਰਾ ਮੈਚ ਕਰਦੀ ਹੈ ਬੰਦਾ ਉਹੀ ਪਾਰਟੀ ਜੁਆਇਨ ਕਰਦਾ ਨਾ, ਵੀ ਉਹਦੇ 'ਚ ਇਹ ਚਿਹਰਾ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਮੇਰੀ ਸੋਚ ਦੇ ਮੁਤਾਬਿਕ ਇਸ ਸੂਬੇ ਨੂੰ ਚਲਾ ਸਕਦਾ? ਨਹੀਂ ਗੱਲ ਇਹ ਹੈ ਨਾ, ਕੋਈ ਵੀ ਲੀਡਰ ਹੈ ਉਹਦੇ 'ਚ ਆਪੋ ਆਪਣੀਆਂ ਕੁਆਲਿਟੀਜ਼ ਹੁੰਦੀਆਂ ਨੇ। CM ਚੰਨੀ ਸਾਹਿਬ ਦੇ CM ਹੋਣ ਤੋਂ ਪਹਿਲਾਂ ਕਿ ਤੁਹਾਨੂੰ ਲੱਗਦਾ ਸੀ ਵੀ ਉਹ ਇੰਨੀ ਵਧੀਆ ਜੋਬ ਕਰ ਸਕਦੇ ਨੇ? ਜਦੋਂ ਬੰਦਾ ਕੰਮ ਕਰਦਾ ਹੈ ਤੂੰ ਆਪਣੇ ਗੁਣ ਦਿਖਾਉਂਦਾ ਵੀ ਹਾਂ ਯਾਰ। ਚਰਨਜੀਤ ਸਿੰਘ ਚੰਨੀ ਸੂਟੇਬਲ ਫੇਸ ਹੈ ਪੰਜਾਬ ਕਾਂਗਰਸ ਲਈ? ਮੈਂ ਦੇਖੋ ਜੀ ਬਹੁਤ ਵਧੀਆ ਕੰਮ ਕੀਤਾ, ਮੈਂ ਕਿਸੇ ਨਿੰਦਿਆ ਨਹੀਂ ਕਰਨਾ ਚਾਹੁੰਦਾ, ਬਹੁਤ ਵਧੀਆ ਡਾਊਨ ਟੂ ਅਰਥ ਬੰਦਾ ਹੈ ਪਤਾ। ਸੋ ਸਾਰਿਆਂ ਨਾਲ ਗੱਲਾਂ ਬਾਤਾਂ ਇਸ ਲੈਵਲ 'ਤੇ ਹੈ ਵੀ ਜਿਹੜਾ ਬੰਦਾ ਅਸਲ ਦੇ ਵਿੱਚ ਸਾਡੇ ਲੋਕ ਨਾ ਇੰਨੇ ਕੰਮਾਂ ਦੇ ਵੀ ਨਹੀਂ, ਸਾਡੇ ਲੋਕ ਪਿਆਰ ਦੇ ਭੁੱਖੇ ਨੇ ਵੀ ਘੱਟੋ ਘੱਟ ਯਾਰ ਸਾਡੇ ਲੀਡਰ ਅਪਰੋਚ 'ਚ ਹੋਵੇ। ਸੋ ਬਹੁਤ ਜ਼ਰੂਰੀ ਹੈ। ਸੋ ਇਹ ਗੁਣ ਹੈਗਾ ਉਹਨਾਂ ਦੇ ਵਿੱਚ, ਵਧੀਆ ਚੀਜ਼ ਹੈ। ਕਾਂਗਰਸ ਨੂੰ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਡਿਕਲੇਅਰ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਫਿਰ? ਯਾਰ ਚਿਹਰਾ ਕਿਸੇ ਪਤਾ ਕੀ ਗੱਲ ਹੈ, ਮੇਰੀ ਵਿਚਾਰਧਾਰਾ 'ਤੇ ਚਿਹਰਾ ਡਿਕਲੇਅਰ ਥੋੜ੍ਹੀ ਹੋਣਾ ਜੀ। ਮੈਂ ਤਾਂ ਇਹ ਕਹਿੰਦਾ ਵੀ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਲੱਗਦਾ ਜੋ ਸਾਰੇ ਬੰਦੇ ਦੀ ਰਾਏ ਆ ਤਾਂ ਵਧੀਆ ਗੱਲ, ਇਸ ਤਾਂ ਉਸ ਚੀਜ਼ ਦਾ ਆਦਰ ਕਰਦੇ ਆ ਮੈਜੋਰਿਟੀ ਦਾ। ਮੈਜੋਰਿਟੀ MLA ਨੂੰ ਬਣਾ ਕੇ ਹੀ ਮਿਲਦੀ ਹੈ ਜੀ।
ਤੇ ਤੁਹਾਨੂੰ ਪਾਰਟੀ ਨੇ ਟਿਕਟ ਦਿੱਤਾ ਹੈ ਤੇ ਤੁਹਾਡੀ ਰਾਏ ਵੀ ਇੰਪੋਰਟੈਂਟ ਜਦੋਂ ਸਾਡੇ ਕੋਲੇ ਕੋਈ ਆਪਸ਼ਨ ਹੋਊਗੀ ਤਾਂ ਅਸੀਂ ਜ਼ਰੂਰ ਸੋਚ ਵਿਚਾਰ ਕਰਾਂਗੇ ਹਾਲੇ ਤਾਂ ਸਾਡੇ ਕੋਲੇ ਆਪਸ਼ਨ ਹੀ ਕੋਈ ਨਹੀਂ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਪਾਰਟੀ ਜਦੋਂ ਚਿਹਰਾ ਦੇ ਦਿੰਦੀ ਹੈ ਤੇ ਉਹਨੂੰ ਫਾਇਦਾ ਮਿਲਦਾ ਹੈ ਜਾਂ ਨੁਕਸਾਨ ਹੁੰਦਾ ਹੈ ਹਾਂ ਫਾਇਦਾ ਤਾਂ ਮਿਲਦਾ ਹੈ ਉਸ ਚੀਜ਼ ਦਾ ਫਾਇਦਾ ਮਿਲਦਾ ਤੇ ਭਗਵੰਤ ਮਾਨ ਤੁਹਾਡੇ ਪੜੋਸੀ ਹੈ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਨੇ ਚਿਹਰਾ ਬਣਾਤਾ ਹੈ ਤੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲੇਗਾ ਇਸ ਗੱਲ ਦਾ ਨਹੀਂ ਮੈਂ ਤਾਂ ਦੇਖੋ ਬੈਸਟ ਮੈਂ ਤਾਂ ਇਹ ਉਹ ਕਹਿੰਦੇ ਹੁੰਦੇ ਨਾ ਵੀ ਇਸ ਤਾਂ ਸਭ ਨੂੰ ਅਸੀਂ ਉਹ ਰਾਜਨੀਤਿਕ ਨਹੀਂ ਹੈਗੇ ਇਦਾਂ ਦੇ ਰਾਜਨੀਤਿਕ ਨਹੀਂ ਵੀ ਜਿਹੜੇ ਦੂਜਿਆਂ ਦੇ ਤਰੱਕੀ ਤੇ ਅਸੀਂ ਕੋਈ ਜਾਂ ਕੋਈ ਦੂਜਾ ਕੋਈ ਬੰਦਾ ਆਉਂਦਾ ਉਹਦੇ ਤੇ ਅਸੀਂ ਸਾੜਾ ਕਰਾਂਗੇ ਇਸ ਤਾਂ ਬੈਸਟ ਵਿਸ਼ਸ ਕਹਿੰਦੇ ਹਾਂ ਮੈਂ ਕਹਿੰਦਾ ਵੀ ਜੇ ਉਹਨਾਂ ਨੂੰ ਮਿਲਿਆ ਇਸ ਵਿੱਚ ਉਹ ਉਹਨਾਂ ਦਾ ਨਾਮ ਆਇਆ ਤਾਂ ਅਸੀਂ ਕਹਿੰਦੇ ਵੀ ਵਾਹਿਗੁਰੂ ਪਰਮਾਤਮਾ ਕਰੇ ਵਿੱਚ ਉਹਨੂੰ ਤਰੱਕੀ ਬਖਸ਼ਣ ਚੰਗੇ ਪੰਜਾਬ ਦੇ ਚੰਗੇ ਲਈ ਉਹ ਕੰਮ ਕਰਨ ਤੁਹਾਡੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਕਰੋੜਾਂ ਲੋਕ ਤੁਹਾਨੂੰ ਫੋਲੋ ਕਰਦੇ ਨੇ ਖਾਸ ਕਰ ਯੂਥ ਲੇਕਿਨ ਜਦੋਂ ਇੱਕ MLA ਨੂੰ ਮਾਨਸੇ 'ਚ ਚੋਣ ਜਿੱਤਣੀ ਪਏ ਤੇ ਉਹਨੂੰ 50-60 ਹਜ਼ਾਰ ਵੋਟ ਚਾਹੀਦੀ ਹੋਏਗੀ ਕਿਆ ਤੁਹਾਡੇ ਉਹ ਫੋਲੋਵਰ ਮਾਨਸੇ 'ਚ ਤੁਹਾਡੀ ਉਹ 50 ਹਜ਼ਾਰ ਵੋਟ ਬਣ ਸਕਦੇ ਮੈਂ ਤੁਹਾਨੂੰ ਦੱਸਦਾ ਜੀ ਮੈਂ ਸਿੱਧੂ ਮੂਸੇਵਾਲਾ ਤਾਂ ਬਣਿਆ ਵੀ ਮੈਂ ਆਪਣੀ ਫੀਲਡ ਦੇ ਵਿੱਚ ਵਰਕ ਕਰਿਆ ਅਤੇ ਮੇਰੇ ਵਰਕ ਨੂੰ ਲੋਕਾਂ ਨੇ 100 ਚੋਂ 99% ਮਾਰਕਸ ਦਿੱਤੇ ਇੱਥੇ ਮੈਂ ਹਲੇ ਵਰਕ ਕਰਨਾ ਹਾਂ ਮੇਰੇ 'ਤੇ ਭਰੋਸਾ ਕਰ ਸਕਦੇ ਨੇ ਉਹ ਚੀਜ਼ ਮੈਨੂੰ ਬੈਨੀਫਿਟ ਦੇ ਸਕਦੀ ਹੈ ਪਰ ਮੈਂ ਇਸ ਚੀਜ਼ ਦੀ ਸ਼ੋਰਿਟੀ ਲੈ ਕੇ ਨਹੀਂ ਚੱਲਦਾ ਮੈਂ ਇਲੈਕਸ਼ਨ ਲੜ ਰਿਹਾ ਇੱਕ ਆਮ ਬੰਦੇ ਵਾਂਗੂ ਮੇਰਾ ਕੋਈ ਪੋਲੀਟਿਕਲ ਮੇਰਾ ਕੋਈ ਬੈਕਗਰਾਊਂਡ ਨਹੀਂ ਨਾ ਮੈਂ ਆਰਟਿਸਟ ਹਾਂ ਨਾ ਮੈਨੂੰ ਲੋਕ ਜਾਣਦੇ ਨੇ ਮੈਂ ਤਾਂ ਉਸ ਹਿਸਾਬ ਨਾਲ ਇਲੈਕਸ਼ਨ ਲੜ ਰਿਹਾ ਤੁਸੀਂ ਇਲੈਕਸ਼ਨ ਜਿੱਤ ਵੀ ਗਏ ਤਾਂ ਵੀ ਤੁਸੀਂ ਥੋੜ੍ਹੀ ਦੇਰ ਪਹਿਲਾਂ ਕਹਿ ਰਹੇ ਸੀ ਕਿ ਮੈਂ ਗਾਣੇ ਗਾਉਂਦਾ ਰਹਾਂਗਾ ਸਟੇਜ ਤੋਂ ਵੱਖਰੇ ਨਹੀਂ ਹੋਵੋਗੇ ਜੀ ਅੰਦਾਜ਼ ਇਹੀ ਰਹੂਗਾ ਆਫਕੋਰਸ ਜੀ ਇਹ ਅੰਦਾਜ਼ ਮਾੜਾ ਥੋੜ੍ਹੀ ਹੈ ਜੀ ਫਿਰ ਆਪਾਂ ਇਹ ਕਹਾਂਗੇ ਕਿ ਕਾਂਗਰਸ ਦਾ MLA ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਪੁਲਿਸ ਕਹਿੰਦੀ ਹੈ ਗਨ ਕਲਚਰ ਪ੍ਰਮੋਟ ਨਹੀਂ ਕਰਨਾ ਪਹਿਲਾਂ ਮੈਨੂੰ ਇਹ ਦੱਸੋ ਗਨ ਕਲਚਰ ਮਾੜਾ ਕਿਉਂ ਆ ਕਿਉਂ ਮਾੜਾ ਹੈ ਰੀਜ਼ਨਸ ਦਿਓ ਰੀਜ਼ਨ ਇਸ ਕਰਕੇ ਦਿਓ ਕਿ ਤੁਸੀਂ ਆ ਗੈਂਗਸਟਰਸ ਦੇਖ ਰਹੇ ਹੋ ਆ ਪੁਲਿਸ ਬਾਰ ਬਾਰ ਕਹਿੰਦੀ ਹੈ ਕਿ ਬੰਦੂਕਾਂ ਗੰਨਾਂ ਨਹੀਂ ਦਿਖਾਣੀਆਂ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਦੇਖ ਕੇ ਲੋਕ ਤੁਹਾਨੂੰ ਫੋਲੋ ਕਰਨ ਲੱਗ ਜਾਣ ਤੇ ਸਮਝੋ ਉਹ ਸਿਸਟਮ ਗਲਤ ਹੋ ਗਿਆ ਸੋ ਕਿਤੇ ਨਾ ਕਿਤੇ ਸਿਸਟਮ ਨੂੰ ਇਹ ਲੱਗਦਾ ਹੈ ਕਿ ਜੋ ਸਾਡੀ ਪਰਦੇ ਤੇ ਉਹ ਚੀਜ਼ਾਂ ਦੇਖ ਰਹੇ ਹੈ ਸਿੰਗਰਸ ਦੇਖ ਰਹੇ ਹੈ ਉਹ ਜਗ੍ਹਾ ਜਗ੍ਹਾ ਹਥਿਆਰ ਲੈ ਕੇ ਆਉਂਦੇ ਹੈ ਉਹਨਾਂ ਨੂੰ ਦੇਖ ਕੇ ਯੂਥ 'ਚ ਪ੍ਰਮੋਟ ਹੋ ਰਹੀ ਹੈ ਚੀਜ਼ ਇਹ ਨਹੀਂ ਹੋਣੀ ਚਾਹੀਦੀ ਇਸ ਕਰਕੇ ਮਾੜਾ ਹੈ ਮੈਂ ਇੱਕ ਕੁਐਸਚਨ ਪੁੱਛਦਾ ਕਿ ਗੈਂਗਸਟਰ ਆ 5 ਸਾਲਾਂ ਦੇ ਵਿੱਚ ਵਧੇ ਨੇ ਜਾਂ ਜਦੋਂ ਯਮਲਾ ਜੱਟ ਜੀ ਕੋਲ ਹੁੰਦੇ ਸੀ ਉਦੋਂ ਗੈਂਗਸਟਰ ਜਾਂ ਡਾਕੂ ਨਹੀਂ ਸੀ ਨਹੀਂ ਉਦੋਂ ਇੰਨੇ ਨਹੀਂ ਸੀਗੇ ਨਾ ਜਿੰਨੇ ਹੁਣ ਕਿਉਂ ਨਹੀਂ ਸੀ ਹੈਗੇ ਸੀ ਉਦੋਂ ਅਸੀਂ ਨਹੀਂ ਸੀ ਗੱਲ ਇਹ ਹੈ ਉਦੋਂ ਸਾਨੂੰ ਨੌਲੇਜ ਨਹੀਂ ਸੀ ਯਾਰ ਤੁਸੀਂ ਇੱਕ ਮਾੜੇ ਬੰਦੇ ਨੇ ਬਣਨਾ ਉਹ ਗਾਣੇ ਸੁਣ ਕੇ ਬਣੂਗਾ ਕਿਉਂ ਇਦਾਂ ਗੱਲ ਕਰ ਅਸੀਂ ਕਿਉਂ ਇਦਾਂ ਸੋਚਦੇ ਮੈਨੂੰ ਸਮਝ ਨਹੀਂ ਆਉਂਦੇ ਸੌਂਗਸ ਨੇ ਗਾਣੇ ਨੇ ਇਹ ਫਿਲਮਾਂ ਪ੍ਰਭਾਵ ਪਾਉਂਦੀਆਂ ਗਾਣੇ ਪ੍ਰਭਾਵ ਪਾਉਂਦੇ ਆ ਸੋਸਾਇਟੀ ਮੈਂ ਤੁਹਾਨੂੰ ਦੱਸਦਾ ਮੈਂ ਸਾਰੀਆਂ ਫਿਲਮਾਂ ਦੇਖੀਆਂ ਸਾਰੇ ਗਾਣੇ ਸੁਣੇ ਨੇ ਇਹੋ ਜਿਹੇ ਗਾਣੇ ਸੁਣੇ ਨੇ ਜਿਨ੍ਹਾਂ ਦੇ ਵਿੱਚ ਗੋਲੀ ਤੇ ਉਹ ਗੱਲ ਮਾਰ ਦੋ ਚੱਕ ਦਿਓ ਜੀ ਮੈਂ ਕਿਹਨੂੰ ਮਾਰਿਆ ਦੱਸ ਮੈਂ ਇਲੈਕਟ੍ਰੀਕਲ ਇੰਜੀਨੀਅਰ ਹਾਂ ਮੈਂ ਪੜ੍ਹੇ ਹਾਂ ਮੈਂ ਅੱਗੇ ਕਹਿਣ ਲੱਗ ਗਿਆ ਅਸੀਂ ਪੜ੍ਹਾਈ ਲਿਖਾਈ ਨੂੰ ਚੈਲੰਜ ਨਹੀਂ ਕਰ ਰਹੇ ਮੈਂ ਉਹ ਨਹੀਂ ਕਹਿ ਰਿਹਾ ਵੀ ਤੁਸੀਂ ਇਹ ਦੱਸੋ ਵੀ ਮੇਰੇ ਤੇ ਪ੍ਰਭਾਵ ਕਿਉਂ ਨਹੀਂ ਆਇਆ ਕਿਉਂ ਨਹੀਂ ਤੁਹਾਡੇ ਤੇ ਪ੍ਰਭਾਵ ਹੈ ਨਾ ਕਿ ਤੁਸੀਂ ਹਮੇਸ਼ਾ ਜਿਹੜੇ ਸਾਡੀ ਫੌਜ ਕੋਲ ਜਿੱਦਾਂ ਦੇ ਹਥਿਆਰ ਨਹੀਂ ਉਦੋਂ ਦੇ ਤੁਸੀਂ ਚੱਕੀ ਫਿਰਦੇ ਹੋ ਆਪਾਂ ਉਸ ਤੋਂ ਬਿਨਾਂ ਵੀ ਗਾਣੇ ਚੱਲ ਸਕਦੇ ਹਾਂ ਗਾਣੇ ਚੱਲ ਸਕਦੇ ਆ ਮੈਂ ਤੁਹਾਨੂੰ ਉਸ ਚੀਜ਼ ਦਾ ਨਹੀਂ ਵੀ ਮੇਰੇ ਤੇ ਪ੍ਰਭਾਵ ਦੱਸੋ ਕੀ ਹੈ ਫੌਜ ਕੋਲੇ ਅਸਲ ਹੈ ਫੌਜ ਕੋਲੇ ਪਰਪਜ਼ ਲਈ ਅਸਲ ਹੈ ਉਹਨਾਂ ਨੂੰ ਉਹਨਾਂ ਦਾ ਪਰਪਜ਼ ਪਤਾ ਹੈ ਮੇਰੇ ਕੋਲੇ ਮੇਰਾ ਵੈਪਨ ਹੈ ਮੈਨੂੰ ਮੇਰਾ ਪਰਪਜ਼ ਪਤਾ ਹੈ ਵੀ ਮੈਨੂੰ ਕਿੱਥੇ ਕੱਟਣਾ ਹੈ ਕਿੱਥੇ ਚਲਾਉਣਾ ਹੈ ਸੋ ਇਹ ਬੇਵਕੂਫੀ ਨਹੀਂ ਹੈਗੀ ਵੀ ਮੈਂ ਕਿਸੇ ਦੇ ਵੀ ਗੋਲੀ ਮਾਰ ਦੂੰਗਾ ਮੈਨੂੰ ਪਤਾ ਹੈ ਜੇ ਮੈਂ ਇੱਕ ਦੇ ਗੋਲੀ ਮਾਰੂੰਗਾ ਤਾਂ ਮੈਂ ਇੰਨੇ ਸਾਲ ਜੇਲ੍ਹ ਆਊਂ ਮੇਰਾ ਘਰ ਉੱਜੜ ਜੂ ਸਾਰਾ ਕੁਝ ਇਹ ਬੇਸਿਕ ਜਿਹੜੀਆਂ ਗਾਈਡਲਾਈਨ ਲੇਕਿਨ ਆਪਾਂ ਐਸਾ ਕਿਉਂ ਕਰਦੇ ਹਾਂ ਕਿ ਅਸੀਂ ਉਹਨੂੰ ਲੈ ਕੇ ਗਾਉਂਦੇ ਹਾਂ ਤੇ ਲੇਕਿਨ ਦੂਜਿਆਂ ਦੇ ਘਰ ਤਾਂ ਖਰਾਬ ਹੁੰਦੇ ਆ ਨਾ ਮੈਂ ਤੁਹਾਨੂੰ ਦੱਸਦਾ ਜੇ ਵੈਪਨ ਇੰਨਾ ਹੀ ਮਾੜਾ ਸੀ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਸਾਡੇ ਇੱਕ ਕਾਰਾਂ ਦੇ ਵਿੱਚ ਸ਼ਾਮਲ ਕਿਉਂ ਕਰਿਆ ਗੁਰੂ ਸਾਹਿਬ ਨੇ ਕਿਹਦੇ ਖਿਲਾਫ ਹਥਿਆਰ ਉਠਾਇਆ ਨਹੀਂ ਨਹੀਂ ਖਿਲਾਫ ਜ਼ੁਲਮ ਦੇ ਖਿਲਾਫ ਉਠਾਇਆ ਜ਼ੁਲਮ ਦੇ ਖਿਲਾਫ ਮੁਗਲਾਂ ਦੇ ਖਿਲਾਫ ਉਠਾਇਆ ਉਹ ਧਰਮ ਦਾ ਨਾਸ਼ ਕਰ ਰਹੇ ਸੀ ਤਾਂ ਉਠਾਇਆ ਆਪਾਂ ਇੱਥੇ ਕਿਹੜੇ ਧਰਮ ਨੂੰ ਬਚਾਉਣ ਲਈ ਹਥਿਆਰ ਚੱਕ ਰਹੇ ਤੁਸੀਂ ਮੇਰੀ ਗੱਲ ਸੁਣੋ ਚਲੋ ਧਰਮ ਦੇ ਗੱਲ ਛੱਡੋ ਇਹ ਚੀਜ਼ ਤੇ ਫਿਰ ਚਲੋ ਧਰਮ ਦੇ ਖਿਲਾਫ ਤਾਂ ਹਥਿਆਰ ਉਠਾ ਲਿਆ ਤੇ ਫਿਰ ਉਹਨੇ ਕਕਾਰਾਂ 'ਚ ਕੋਈ ਸ਼ਾਮਲ ਕਰਿਆ ਤੁਸੀਂ ਨਾ ਉਹਨਾਂ ਦੀ ਸੋਚ ਕੀ ਸੀ ਉਸ ਪਿੱਛੇ ਉਹਨਾਂ ਨੇ ਮੰਤਵ ਕੀ ਸੀ ਉਹਨਾਂ ਦਾ ਮੰਤਵ ਕੀ ਸੀ ਹਾਂ ਦੱਸੋ ਤੁਸੀਂ ਦੱਸੋ ਨਾ ਕੀ ਮੰਤਵ ਸੀ ਮੰਤਵ ਤੋਂ ਉਹਨਾਂ ਨੂੰ ਦੱਸਦਾ ਵੀ ਇੱਕ ਹਥਿਆਰ ਇੱਕ ਜਿਹੜੀ ਸਿੱਖ ਦੀ ਰਿਸਪੋਂਸਿਬਿਲਟੀ ਇੱਕ ਸਰਦਾਰ ਦੀ ਰਿਸਪੋਂਸਿਬਿਲਟੀ ਹੈ ਉਹ ਲੋਕਾਂ ਨੂੰ ਡਿਫੈਂਡ ਕਰਨ ਦੀ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣ ਦੀ ਆਪਣੀ ਸੇਫਟੀ ਬਿਲਕੁਲ ਜੇ ਤੁਹਾਨੂੰ ਆਪਣੀ ਸੇਫਟੀ ਨਹੀਂ ਕਰਨੀ ਆਉਂਦੀ ਤਾਂ ਤੁਸੀਂ ਲੋਕਾਂ ਦੀ ਸੇਫਟੀ ਕਿੱਦਾਂ ਕਰੋਗੇ ਜੇ ਜਿਹੜੀਆਂ ਹੁਣ ਇਹ ਕਿਲਿੰਗ ਹੋ ਰਹੀਆਂ ਫਿਰ ਤੁਸੀਂ ਇਹਨਾਂ ਨੂੰ ਸੇਫਟੀ ਕਹੋਗੇ ਮੈਂ ਤੁਹਾਨੂੰ ਦੱਸਦਾ ਜਿਹੜੇ ਗੈਂਗਸਟਰ ਕਿਲਿੰਗਸ ਕਰ ਰਹੇ ਹਨ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਆਪਾਂ ਸੇਫਟੀ ਦਾ ਐਗਜ਼ਾਮਪਲ ਦਿੰਦਾ ਮੈਂ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਅਸੀਂ ਉਹਨੂੰ ਸੇਫਟੀ ਕਹਾਂਗੇ ਸਰ ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ ਅੱਜ ਗਾਣਾ ਬੰਦ ਕਰਦਾ ਮੈਂ 10 ਸਾਲ ਵਾਸਤੇ ਕੋਈ ਗਾਣਾ ਨਹੀਂ ਗਾਉਂਗਾ ਬਿਲਕੁਲ ਹਥਿਆਰ ਤਾਂ ਨਹੀਂ ਸਾਰਿਆਂ ਨੂੰ ਮੈਂ ਕਹਿੰਦਾ ਸ਼ਬਦ ਕੀਰਤਨ ਕਰੋ ਸਾਰੀ ਇੰਡਸਟਰੀ ਨੂੰ ਸਾਰੀਆਂ ਸਾਰੇ ਬੰਦਿਆਂ ਨੂੰ ਕੋਈ ਵੀ ਗਾਣਾ ਨਹੀਂ ਉਹ ਹਥਿਆਰ ਤੇ ਤੁਸੀਂ ਗਰੰਟੀ ਆ ਸਟਾਮ ਤੇ ਲਿਖ ਕੇ ਦਿੰਦੇ ਹੋ ਵੀ
ਹਥਿਆਰ ਅਸੀਂ ਗਾਣੇ ਬੰਦ ਕਰ ਦਿੰਦੇ ਆ ਤਾਂ ਤੁਸੀਂ ਜਿਹੜੇ ਗੈਂਗਸਟਰ ਗੋਲੀ ਚੱਲਦੀ ਆ ਤੁਸੀਂ ਉਹਦੀ ਗਰੰਟੀ ਲੈਣੀ ਬੰਦ ਹੋ ਮੇਰੀ ਗੱਲ ਯਾਦ ਰੱਖ ਨਹੀਂ ਨਹੀਂ ਮੈਨੂੰ ਦੱਸੋ ਜਵਾਬ ਦੇ ਰਿਹਾ ਹਾਂਜੀ ਹਾਂਜੀ ਕੌਣ ਕਹਤਾ ਹੈ ਅਸਮਾਨ ਮੇ ਸੁਰਾਖ ਨਹੀਂ ਹੁੰਦਾ ਇੱਕ ਵਾਰ ਤਬੀਅਤ ਤੇ ਪੱਥਰ ਤੋਂ ਉਛਾਲੋ ਯਾਰੋ ਜੀ ਤੁਸੀਂ ਪੱਥਰ ਤਾਂ ਉਛਾਲੋ ਸੁਰਾਖ ਵੀ ਹੋ ਜਾਏਗਾ ਗੈਂਗਸਟਰ ਵੀ ਖਤਮ ਹੋ ਜਾਣਗੇ ਪੱਥਰ ਤੁਸੀਂ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਅਸੀਂ ਪੱਥਰ ਨਹੀਂ ਉਛਾਲਿਆ 295 ਗਾਣਾ ਸੁਣਿਆ ਤੁਸੀਂ ਮੇਰਾ ਸੁਣਿਆ ਨਹੀਂ ਮੈਂ ਨਹੀਂ ਸੁਣਿਆ ਉਹੀ ਗੱਲ ਨਾ ਤੁਸੀਂ ਹਥਿਆਰਾਂ ਵਾਲੇ ਸੁਣਿਆ ਚੰਗੇ ਗਾਣੇ ਤਾਂ ਤੁਸੀਂ ਸੁਣੇ ਹੀ ਨਹੀਂ ਉਹੀ ਗੱਲ ਹੈ ਨਾ ਪੱਥਰ ਤਾਂ ਮੈਂ ਉਛਾਲਿਆ ਸੀ ਤੁਸੀਂ ਮੇਰਾ ਪੱਥਰ ਦੇਖਿਆ ਹੀ ਨਹੀਂ ਮੈਂ ਮੇਰੀ ਮਾਂ ਤੇ ਵੀ ਗਾਣਾ ਗਾਇਆ ਮੈਂ ਕਿਹੋ ਜਿਹੇ ਦੋ ਤਿੰਨ ਕਲਚਰਲ ਗਾਣੇ ਵੀ ਗਾਏ ਤੁਸੀਂ ਮੇਰੇ ਲਾ ਲਓ ਧਿਆਨ ਚ ਡੀਅਰ ਮਾਮਾ ਗਾਣਾ ਸੁਣਿਆ ਤੁਸੀਂ ਮੇਰਾ ਨਹੀਂ ਤੁਸੀਂ ਸਰ ਮੈਂ ਪਲੀਜ਼ ਮੈਂ ਕੁਐਸਚਨ ਉਹ ਤੁਸੀਂ ਉਹ ਤੁਸੀਂ ਕਿੰਨੇ ਗਾਣੇ ਗਾਏ ਔਰ ਹਥਿਆਰਾਂ ਵਾਲੇ ਕਿੰਨੇ ਗਾਏ ਤੁਸੀਂ ਆਪਣੇ ਮਨ ਚ ਕੰਪੈਰੀਜ਼ਨ ਕਰਿਓ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਇੱਕ ਆਰਟਿਸਟ ਹਾਂ ਮੈਨੂੰ ਲੋਕ ਉਦਾਂ ਦਾ ਪਸੰਦ ਕਰਦੇ ਨੇ ਜੇ ਮੈਂ ਕੋਈ ਮਾੜੀ ਚੀਜ਼ ਕਰਦਾ ਤਾਂ ਮੇਰੇ ਗਾਣੇ ਤੇ 100 ਮਿਲੀਅਨ ਵਿਊ ਕਿਉਂ ਆਉਂਦੇ ਨੇ ਉਹ ਵੀ ਤਾਂ ਲੋਕ ਹੀ ਨਹੀਂ ਸੁਣ ਰਹੇ ਮੈਂ ਇਹੀ ਕਹਿ ਰਿਹਾ ਜੇ 100 ਮਿਲੀਅਨ ਵਿਊ ਆਉਂਦੇ ਆ ਤੁਸੀਂ ਚੰਗਾ ਕੰਮ ਕਰੋ ਨਾ ਉਹ ਮੈਂ ਕਹਿੰਦਾ ਉਹ ਡਬਲ ਹੋ ਜਾਣ ਮੈਨੂੰ ਇੱਕ ਗੱਲ ਦੱਸੋ ਮੈਂ ਮਾੜਾ ਕੰਮ ਕਿਹੜਾ ਕਰ ਰਿਹਾ ਜੀ ਤੁਸੀਂ ਮੇਰੇ ਪ੍ਰੋਫੈਸ਼ਨ ਨੂੰ ਮਾੜਾ ਕਿਵੇਂ ਕਹਿ ਸਕਦੇ ਨਹੀਂ ਤੁਸੀਂ ਮੈਂ ਤੁਹਾਡੇ ਪ੍ਰੋਫੈਸ਼ਨ ਨੂੰ ਮਾੜਾ ਨਹੀਂ ਕਹਿ ਰਿਹਾ ਮੈਂ ਤੁਹਾਡੇ ਅੰਦਾਜ਼ ਨੂੰ ਕਹਿ ਰਿਹਾ ਸਰ ਅੰਦਾਜ਼ ਤੇ ਸਵਾਲ ਚੱਕ ਰਿਹਾ ਮੈਂ ਦੱਸਦਾ ਮੇਰੀ ਗੱਲ ਦੱਸੋ ਮੈਂ ਇੱਕ ਸਿਸਟਮ ਦਾ ਵੀ ਹਿੱਸਾ ਜੀ ਜੀ ਮੈਂ ਸਰ ਮੈਂ ਸਿਸਟਮ ਨੂੰ ਵੀ ਠੀਕ ਕਰਨਾ ਮੇਰਾ ਰਿਸਪੌਂਸਿਬਿਲਟੀ ਬਣਦੀ ਹੈ ਜੀ 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 ਤੁਹਾਡੀ ਵੀ ਬਣਦੀ ਹੈ ਮੈਂ ਸਿਰਫ ਇੰਨਾ ਕਰ ਰਿਹਾ ਤੁਸੀਂ ਨਹੀਂ ਵੀ ਕਰੋਗੇ ਮੈਨੂੰ ਕੋਈ ਹਰਜ ਨਹੀਂ ਹੈ ਮੇਰੀ ਗੱਲ ਤਾਂ ਸੁਣ ਲਓ ਤੁਹਾਡੇ ਮੈਂ ਕੁਐਸਚਨ ਦੀ ਰਿਸਪੈਕਟ ਕਰਦਾ ਮੈਂ ਪਰ ਉਹੀ ਗੱਲ ਹੈ ਨਾ ਬਹਿਸਬਾਜ਼ ਉਹ ਬਹਿਸਬਾਜ਼ ਦੀ ਵੀ ਗੱਲ ਕਹਿਦਾ ਮੈਂ ਵੀ ਤੁਸੀਂ ਮੇਰੇ ਤੋਂ ਕੁਐਸਚਨ ਦਾ ਜਵਾਬ ਮੰਗਿਆ ਮੈਂ ਤੁਹਾਨੂੰ ਹਰੇਕ ਕੁਐਸਚਨ ਦਾ ਜਵਾਬ ਦੇ ਸਕਦਾ ਇਹ ਸਾਡਾ ਸਮਾਜ ਹੈ ਮੰਨ ਲਓ ਮੈਂ ਗਾਣੇ ਬੰਦ ਕਰ ਦਿੰਦਾ ਮੈਂ ਜਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ ਸੰਜੇ ਦੱਤ ਦੀ ਫਿਲਮ ਆਈ ਸੀਗੀ ਇੱਕ ਜਿਹ 'ਚ ਕਹਿੰਦਾ 50 ਤੋਲਾ 50 ਤੋਲਾ ਹੈ ਨਾ ਉਦੋਂ ਪਹਿਲਾਂ ਵੀ ਗਾਣੇ ਆਏ ਸੀ ਉਦੋਂ ਪਹਿਲਾਂ ਜਦੋਂ ਮੇਰੇ ਬਾਪੂ ਹੋਣੀ ਜਵਾਨ ਸੀ ਕੁਲਦੀਪ ਮਾਣਕ ਦਾ ਗਾਣਾ ਸੀ 12 ਗੋਲੀਆਂ ਨਾਲ ਮਸਾਂ ਢਿੱਡ ਭਰਦਾ ਬੈਤਲ ਦਾ 5 3 86 ਨੰਬਰ ਰਾਈਫਲ ਦਾ ਬੰਦਾ ਨਹੀਂ ਜੋ ਟੱਕੇ ਛੜੇ ਜਿਤਨ ਬਗਾਨੀ ਨੂੰ ਸਦਾ ਸੁਰਮੇ ਭਾਵੇਂ ਸਮਝਦੇ ਧੀ ਤੇ ਭੈਣੋ ਗਾਣੀ ਜੱਗੇ ਡਾਕੂ ਤੇ ਗਾਣੇ ਬਣਦੇ ਰਹੇ ਠੀਕ ਹੈ ਜਿਉਣੇ ਮੋੜ ਤੇ ਗਾਣੇ ਬਣ ਰਹੇ ਕੀ ਉਹ ਕੀ ਸੁਪਰ ਹੀਰੋ ਸੀ ਉਹ ਸੀਗੇ ਤਾਂ ਡਾਕੂ ਨਾ ਤੁਸੀਂ ਪੋਲਿਟਿਕਸ ਨੂੰ ਬਦਲਣ ਦੀ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਹੋ ਜੀ ਲੇਕਿਨ ਜਦੋਂ ਗਾਇਕੀ ਤੇ ਅਸੀਂ ਕਹਿੰਦੇ ਆ ਕਿ ਡਾਕੂ ਵਾਲਾ ਗੈਂਗਸਟਰ ਵਾਲਾ ਕਲਚਰ ਛੱਡਣਾ ਹੈ ਫਿਰ ਤੁਸੀਂ ਬਦਲਣ ਨੂੰ ਤਿਆਰ ਨਹੀਂ ਹੋ ਇਹ ਡਬਲ ਸਟੈਂਡਰਡ ਨਹੀਂ ਹੈ ਡਬਲ ਸਟੈਂਡਰਡ ਨਹੀਂ ਮੈਂ ਤੁਹਾਨੂੰ ਦੱਸਦਾ ਜਿਹੜੇ ਗਾਣੇ ਦੀ ਤੁਸੀਂ ਮੈਨੂੰ ਗੱਲ ਕਰ ਰਹੇ ਹੋ ਨਾ ਇਹ ਗਾਣੇ ਜਦੋਂ ਮੈਂ ਗਾਏ ਸੀ ਨਾ ਤਾਂ ਇੱਕ ਦੁਨੀਆ ਦਾ ਆਰਟਿਸਟ ਹੈ ਇੱਕ ਹਿਪ ਹੌਪ ਦਾ ਆਰਟਿਸਟ ਹੈ ਡਰੇਕ 100 ਮਿਲੀਅਨ ਫੋਲੋਅਰ ਆ ਉਹਦੇ ਉਹ ਪੰਜਾਬ ਇੰਡੀਆ ਦੇ ਵਿੱਚ ਸਿਰਫ ਦੋ ਤਿੰਨ ਬੰਦਿਆਂ ਨੂੰ ਫੋਲੋ ਕਰਦਾ ਇੱਕ ਸੁਨੀਲ ਸ਼ੈਟੀ ਦੀ ਬੇਟੀ ਨੂੰ ਫੋਲੋ ਕਰਦਾ ਉਦੋਂ ਬਾਅਦ ਪੰਜਾਬ ਦੇ ਵਿੱਚੋਂ ਮੈਨੂੰ ਫੋਲੋ ਕਰਦਾ ਉਹਨਾਂ ਗਾਣਿਆਂ ਕਰਕੇ ਹੀ ਮੈਨੂੰ ਜਾਣਦਾ ਠੀਕ ਹੈ ਉਹਨਾਂ ਗਾਣਿਆਂ ਕਰਕੇ ਮੈਂ ਸਿੱਧੂ ਮੂਸੇਵਾਲਾ ਉਹਨਾਂ ਗਾਣਿਆਂ ਕਰਕੇ ਮੇਰਾ ਨਾਮ ਪਿਆ UK ਦੇ ਜਿਹੜੇ ਟੌਪ ਯਾਨੀ ਕਿ ਉਹਨਾਂ ਨੇ ਪਬਲਿਕ ਫਿਗਰਸ ਕੱਢੇ ਸੀ ਉਹਨਾਂ ਦੇ ਵਿੱਚ ਮੇਰਾ ਨਾਮ ਆਇਆ ਠੀਕ ਹੈ ਅੱਜ ਜੇ ਸਿੱਧੂ ਮੂਸੇਵਾਲਾ ਤਾਂ ਉਹਨਾਂ ਗਾਣਿਆਂ ਦੀ ਵਜ੍ਹਾ ਨਾਲ ਹੈ ਜੇ ਉਹਨਾਂ ਨੂੰ ਲੋਕਾਂ ਨੇ ਪਿਆਰ ਕੀਤਾ ਮੈਂ ਤਾਂ ਹੀ ਉੱਥੇ ਆ ਰਿਹਾ ਸਰ ਜੇ ਮੈਂ ਕਹਿੰਦਾ ਵੀ ਮੈਂ ਗਾਣੇ ਬੰਦ ਕਰ ਦਿੰਦਾ ਮੇਰੇ ਗਾਣੇ ਬੰਦ ਕਰਨ ਨਾਲ ਸਮਾਜ ਜੇ ਮੈਂ ਅੱਜ ਬੰਦ ਕਰ ਦਿੰਦਾ ਕੋਈ ਮੇਰੀ ਜਗ੍ਹਾ 'ਤੇ ਆ ਕੇ ਕੱਲ੍ਹ ਨੂੰ ਕੋਈ ਹੋਰ ਗਾਣਾ ਗਾਉਣ ਲੱਗ ਜਾਓ ਜਿੱਥੋਂ ਤੱਕ ਤੁਸੀਂ ਮੇਰੇ ਕੰਮ ਨੂੰ ਚੰਗਾ ਕਹਿੰਦੇ ਹੋ ਮਾੜਾ ਕਹਿੰਦੇ ਹੋ ਮੈਂ ਇੱਕ ਸਮਾਜ ਮੈਂ ਗਾਣੇ ਗਾ ਰਿਹਾ ਚਲੋ ਠੀਕ ਹੈ ਜੇ ਤੁਹਾਨੂੰ ਮੇਰਾ ਉਹ ਕੰਮ ਨਹੀਂ ਚੰਗਾ ਲੱਗਦਾ ਤਾਂ ਮੈਂ ਅੱਜ ਸਮਾਜ ਸੇਵਾ ਦੇ ਖੇਤਰ 'ਚ ਤਾਂ ਸ਼ਾਇਦ ਤੁਹਾਨੂੰ ਮੇਰਾ ਉਹ ਕੰਮ ਚੰਗਾ ਲੱਗੇ ਮੈਂ ਕਹਿ ਜੇ ਮੈਂ ਗਾਣੇ ਗਾਏ ਤਾਂ ਮੈਂ ਨਾਲ ਆਪਣੇ ਪਿੰਡ ਦੀ ਜ਼ਿੰਮੇਵਾਰੀ ਚੱਕੀ ਮੈਂ ਆਪਣੇ ਪਿੰਡ ਦੇ ਨਾਲ ਖੜੇ ਕੈਂਸਰ ਕੈਂਪਸ ਲਵਾਏ ਠੀਕ ਹੈ ਅੱਜ ਮੈਂ ਸਿਆਸਤ ਦੇ ਵਿੱਚ ਆਇਆ ਅੱਜ ਵੀ ਮੇਰੀ ਚੰਗੀ ਸੋਚ ਹੈ ਮੈਂ ਤਾਂ ਸਿਰਫ ਇੰਨਾ ਚਾਹਨਾ ਕਿ ਪੰਜਾਬ ਦੇ ਸਿੰਗਰ ਗਨ ਕਲਚਰ ਨੂੰ ਘਟਾਉਣ ਮੈਂ ਉਹਨਾਂ ਦੀ ਆਵਾਜ਼ ਤੋਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇੱਕ ਪਰ ਬਿਨਾ ਗਨ ਕਲਚਰ ਤੋਂ ਵੀ ਗਾਣੇ ਸੁਣੇ ਜਾਂਦੇ ਆ ਮੈਂ ਸੁਣਾਉਣਾ ਜੀ ਬਿਨਾ ਗਨ ਕਲਚਰ ਵਾਲੇ ਗਾਣੇ ਵੀ ਸਾਡੇ ਹੈਗੇ ਆ ਮੈਂ ਗਨ ਬਿਨਾ ਗਨ ਤੋਂ ਮੈਂ ਤੁਹਾਨੂੰ ਕਹਿੰਦਾ ਤੁਸੀਂ ਸੁਣਦੇ ਨਹੀਂ ਹੋ ਗਾਣਿਆਂ ਨੂੰ ਤੇ 295 ਤੁਸੀਂ ਸੁਣੇ ਹੀ ਨਹੀਂ ਬਿਨਾ ਗਨ ਤੋਂ ਵੀ ਗਾਣੇ ਆਏ ਨੇ ਹਰੇਕ ਤਰ੍ਹਾਂ ਦਾ ਟੇਸਟ ਜਿੱਦਾਂ ਦੇ ਲੋਕ ਸਾਡੇ ਪਸੰਦ ਕਰਦੇ ਨੇ ਜੇ ਲੋਕ ਮੈਨੂੰ ਕਹਿਣ ਵੀ ਅਸੀਂ ਭਾਈ ਤੂੰ ਸ਼ਬਦ ਕੀਰਤਨ ਕਰ ਜਪਜੀ ਸਾਹਿਬ ਦਾ ਪਾਠ ਕਰ ਮੈਂ ਬਿਨਾ ਨਿਰਸਨ ਦੇ ਜਪਜੀ ਸਾਹਿਬ ਦਾ ਪਾਠ ਕਰੂੰਗਾ ਕਿਉਂਕਿ ਸਾਡੇ ਲਈ ਸਾਡੀ ਆਡੀਅੰਸ ਸਾਡਾ ਰੱਬ ਹੈ ਜੋ ਸਾਨੂੰ ਉਹ ਹੁਕਮ ਕਰਨ ਤੁਹਾਡੀ ਆਡੀਅੰਸ ਨੂੰ ਤੁਹਾਡਾ ਉਹ ਅੰਦਾਜ਼ ਪਸੰਦ ਹੈ ਜੀ ਇਸ ਕਰਕੇ ਤੁਸੀਂ ਗਾਉਂਦੇ ਹੋ ਮੁੱਕਦੀ ਗੱਲ ਇਹ ਹੈ ਕੋਈ ਕਿਸ ਨੂੰ ਭੜਕਾਉਣਾ ਕਿਸ ਨੂੰ ਗਲਤ ਰਾਹੇ ਜਾਣਾ ਕਰਾਏ ਮੈਂ ਤਾਂ ਆਪ ਲੋਕਾਂ ਨੂੰ ਬੇਨਤੀ ਕਰਦਾ ਵੀ ਇੱਕ ਐਜੂਕੇਸ਼ਨ ਸਿਸਟਮ ਸਾਡਾ ਇਦਾਂ ਦਾ ਹੋਣਾ ਚਾਹੀਦਾ ਕਿ ਸਾਨੂੰ ਹਰੇਕ ਟੌਪਿਕ ਦੇ ਉੱਤੇ ਖੁੱਲ ਕੇ ਗੱਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਚਾਹੇ ਉਹ ਹਥਿਆਰ ਦਾ ਵੀ ਹੈ ਕੋਡ ਲੱਗ ਗਿਆ ਤੁਸੀਂ ਆਪਣਾ ਅਸਲਾ ਜਮ੍ਹਾਂ ਕਰਾਇਆ ਨਹੀਂ ਸਰ ਬਾਕੀ ਦੇ ਤਾਂ ਜਮ੍ਹਾਂ ਹੋਗੇ ਆਈ ਗੋਟ ਦਾ ਪਰਮਿਸ਼ਨਸ ਫਾਰ ਕੈਰਿੰਗ ਮਾਈ ਵੈਪਨ ਜੀ ਇੱਕ ਵਾਰੀ ਤੁਸੀਂ ਨਾਭੇ 'ਚ ਤੁਹਾਨੂੰ ਰੋਕਿਆ ਤੁਹਾਡੀ ਗੱਡੀ ਨੂੰ ਕਾਲੇ ਸ਼ੀਸ਼ੇ ਸੀ ਗੱਡੀ ਦੇ ਮੈਂ ਤੁਹਾਡਾ ਵੀਡੀਓ ਦੇਖ ਰਿਹਾ ਸੀ ਮੈਨੂੰ ਸਭ ਤੋਂ ਪਹਿਲੀ ਵਾਰ ਮੈਂ ਕੋਈ ਆਦਮੀ ਦੇਖਿਆ ਜੀ ਜਿਹੜਾ ਬੰਦਾ DSP ਦੇ ਦਫ਼ਤਰ ਤੋਂ ਨਿਕਲ ਕੇ ਆਇਆ ਜੀ ਪਸਤੌਲ ਇੱਥੇ ਪਾਈ ਹੈ ਤੇ ਆਪਣੀ ਗੱਡੀ 'ਚ ਬੈਠਾ ਉਹ ਵੀ ਅੰਦਾਜ਼ ਸੀ ਸਿੱਧੂ ਮੂਸੇਵਾਲੇ ਦਾ ਮੈਨੂੰ ਲੱਗਦਾ ਨਾਰਮਲੀ ਕੋਈ ਸੈਲੀਬ੍ਰਿਟੀ ਹੈ ਉਹ ਅਵੋਇਡ ਕਰਦਾ ਹੈ ਕਿ ਯਾਰ ਮੈਂ ਇਸ ਤਰ੍ਹਾਂ ਆਊਂਗਾ ਬਾਹਰ ਕੈਮਰੇ ਲੱਗੇ ਹੋਏ ਆ ਚੰਗਾ ਨਹੀਂ ਲੱਗਦਾ ਪਰ ਉਹ ਅੰਦਾਜ਼ ਦਿਖਾਉਣਾ
ਤੇ ਮੈਨੂੰ ਉਹ ਵੈਪਨ ਉਦੋਂ ਤਾਂ ਉਹਨਾਂ ਨੇ ਮੈਥੋਂ ਖੋਲਿਆ ਉਦੋਂ ਮੇਰੀ ਗੱਡੀ ਦੇ ਡਰਾਅਰ ਦੇ ਵਿੱਚ ਪਿਆ ਤੇ ਉਹ ਤੋਂ ਬਾਅਦ ਮੈਨੂੰ ਉਹ ਦੇਤਾ ਜੇ ਤਾਂ ਹੁਣ ਉਹਨੂੰ ਮੈਂ ਬਾਂਹ 'ਚ ਐਂ ਲਮਕਾਉਂਦਾ ਤੁਰਿਆ ਜਾਂਦਾ ਫਿਰ ਵੀ ਪੱਤਰਕਾਰਾਂ ਨੇ ਕਹਿਣਾ ਸੀ ਇਹ ਤਾਂ ਹਥਿਆਰ ਲਮਕਾਉਂਦਾ ਜਾਂਦਾ ਇਹਨੂੰ ਅਕਲ ਨਹੀਂ ਹੈਗੀ ਵੀ ਹਥਿਆਰ ਕਿਵੇਂ ਰੱਖਣਾ ਜੋ ਮੇਰੇ ਕੋਲ ਸਪੈਸੀਫਿਕ ਕਵਰ ਹੈ ਪਾਉਣ ਵਾਲਾ ਤਾਂ ਉਹਨੂੰ ਮੈਂ ਪਾ ਲਿਆ ਜੇ ਮੈਂ ਹੱਥ ਫੜਦਾ ਤਾਂ ਵੀ ਕਹਿਣਾ ਸੀ ਵੀ ਨੰਗਾ ਹਥਿਆਰ ਲੈ ਕੇ ਜਾਂਦਾ ਜੀ ਹੁਣ ਮੈਨੂੰ ਉੱਥੋਂ ਖੋਹ ਤਾਂ ਲੈ ਜਾਂਦਾ ਉਹ ਗੱਡੀ 'ਚ ਸਰਕਾਰੀ 'ਚ ਰੱਖ ਲਿਆ ਹੁਣ ਬਾਹਰ ਵੀ ਤਾਂ ਕਿਵੇਂ ਲੈ ਕੇ ਆਉਣਾ ਸੀ ਜਾਂ ਮੈਂ ਉੱਥੋਂ ਲਫਾਫਾ ਭਾਲਦਾ ਵੀ ਲਫਾਫੇ 'ਚ ਪਾ ਲਫਾਫੇ 'ਚ ਸੋ ਇਹ ਗੱਲ ਹੈ ਸੋ ਕਈ ਵਾਰੀ ਆਪਾਂ ਸਾਈਡਜ਼ ਸ਼ਫਲ ਹੋ ਜਾਂਦੀਆਂ ਮੇਰਾ ਸਿਰਫ ਕਹਿਣ ਦਾ ਭਾਵ ਇਹ ਹੈ ਕਿ ਤੁਹਾਨੂੰ ਦੇਖੋ ਅਰਥ ਦੋਨਾਂ ਦਾ ਹੀ ਪਤਾ ਹੈ ਜੀ ਤੁਸੀਂ ਆਪਣਾ ਅੰਦਾਜ਼ ਇਦਾਂ ਰੱਖੋ ਕਿ ਸਾਹਮਣੇ ਵਾਲੇ ਨੂੰ ਵੀ ਬੁਰਾ ਨਾ ਲੱਗੇ ਔਰ ਉਹ ਪੋਜ਼ਿਟਿਵ ਰਹੇ ਮੈਂ ਤੁਹਾਨੂੰ ਦੱਸਦਾ ਜੀ ਜੇ ਤੁਹਾਨੂੰ ਇੰਨੀ ਸਮਝ ਹੈ ਫਿਰ ਗਲਤੀ ਹੋਣੀ ਨਹੀਂ ਚਾਹੀਦੀ ਸਰ ਮੈਂ ਤੁਹਾਨੂੰ ਦੱਸਦਾ ਹਰੇਕ ਬੰਦੇ ਦਾ ਆਪਣੀ ਜ਼ਿੰਦਗੀ ਦਾ ਇੱਕ ਜ਼ਿੰਦਗੀ ਜਿਉਣ ਦਾ ਇੱਕ ਪਾਥ ਹੁੰਦਾ ਪ੍ਰੋਪੋਗੰਡਾ ਹੁੰਦਾ ਮੈਂ ਇਦਾਂ ਕਿਸੇ ਨੂੰ ਚੰਗਾ ਲੱਗਣਾ ਜਾਂ ਨਾ ਲੱਗਣਾ ਵੀ ਮੈਨੂੰ ਕਿਵੇਂ ਠੀਕ ਲੱਗ ਰਿਹਾ ਮੇਰੇ ਮਨ ਦੇ ਵਿੱਚ ਪੋਜ਼ਿਟਿਵਿਟੀ ਹੈ ਜਿਹਨੇ ਮੇਰੇ 'ਚ ਕਮੀ ਹੀ ਦੇਖਣੀ ਹੈ ਉਹ ਮੇਰੀ ਕਮੀ ਦੇਖ ਲਓ ਜਿਹਨੇ ਮੇਰੇ 'ਚ ਚੰਗਿਆਈ ਦੇਖਣੀ ਉਹਨੇ ਮੈਨੂੰ ਚੰਗਿਆਈ ਦੇਖ ਨਹੀਂ ਨਹੀਂ ਅਸੀਂ ਤਾਂ ਸਿਰਫ ਇੰਨਾ ਕਹਿ ਰਹੇ ਹਾਂ ਕਿ ਲੋਕ ਤੁਹਾਨੂੰ ਫੋਲੋ ਕਰਦੇ ਹੈ ਤਾਂ ਤੁਹਾਡੀ ਪੋਜ਼ਿਟਿਵਿਟੀ ਔਰ ਸਮਾਜ 'ਚ ਜਿਹੜੀ ਪੋਜ਼ਿਟਿਵਿਟੀ ਵਧਾਉਣੀ ਹੈ ਉਹ ਫੋਲੋ ਕਰਨੀ ਅਸੀਂ ਤਾਂ ਪੋਜ਼ਿਟਿਵ ਲੈ ਕੇ ਚੱਲਦੇ ਹਾਂ ਜੀ ਮੈਂ ਆਪਦੇ ਬੰਨੇ ਤਾਂ ਪੋਜ਼ਿਟਿਵ ਹੀ ਹੁੰਦਾ ਹੁਣ ਜੇ ਸਾਹਮਣੇ ਬੰਦਾ ਕੋਈ ਨੈਗੇਟਿਵ ਹੀ ਮੇਰੇ 'ਚ ਦੇਖਣ ਨੂੰ ਬੈਠਾ ਹੋਊਗਾ ਤਾਂ ਮੇਰੇ 'ਚ ਨੈਗੇਟਿਵ ਲੱਭ ਲੂਗਾ ਜੀ ਇਹ ਚੀਜ਼ ਦੀ ਗੱਲ ਕਈ ਸਟੇਜਸ ਤੇ ਬੜਾ ਚੈਲੰਜ ਚੱਲਦਾ ਤੁਹਾਡਾ ਕਰਨ ਔਜਲਾ ਨਾਲ ਬੱਬੂ ਮਾਨ ਨਾਲ ਔਰ ਰੀਸੈਂਟਲੀ ਮੈਂ ਹੁਣ ਦੇਖ ਰਿਹਾ ਸੀ ਗੈਰੀ ਸੰਧੂ ਨਾਲ ਕੀ ਇਸ਼ੂ ਕੀ ਹੈ ਮੇਰੇ ਕਿਸੇ ਨਾਲ ਕੋਈ ਮਸਲਾ ਨਹੀਂ ਹੈਗਾ ਕੋਈ ਮਸਲਾ ਨਹੀਂ ਹੈਗਾ ਮੇਰਾ ਕਿਸੇ ਵੀ ਕਲਾਕਾਰ ਨਾਲ ਮਸਲਾ ਨਹੀਂ ਜਿਹੜੇ ਤੁਸੀਂ ਨਾਮ ਲੈ ਰਹੇ ਹੋ ਹਾਂ ਕਿਤੇ ਨਾ ਕਿਤੇ ਕੋਈ ਸਿਚੁਏਸ਼ਨ ਆ ਜਾਂਦੀ ਜਿੱਥੇ ਅੜਫਸ ਹੋ ਜਾਂਦੀ ਹੈ ਠੀਕ ਹੈ ਸਾਰਿਆਂ ਦੀ ਹੋ ਜਾਂਦੀ ਹੈ ਤੁਸੀਂ ਕਿਸੇ ਆਫਿਸ 'ਚ ਕੰਮ ਕਰਦੇ ਹੋ ਜ਼ਰੂਰੀ ਥੋੜੀ ਤੁਸੀਂ ਸਾਰੇ ਵਰਕਰਾਂ ਨਾਲ ਜੱਫੀਆਂ ਪਾ ਕੇ ਤੁਹਾਡਾ ਬਹੁਤ ਪ੍ਰੇਮ ਹੁੰਦਾ ਕਈ ਨਾਲ ਤੁਹਾਡੀ ਮਤ ਨਹੀਂ ਮਿਲਦੀ ਹੁੰਦੀ ਕਈ ਨਾਲ ਐਂ ਹੋ ਜਾਂਦਾ ਕਈ ਵਾਰੀ ਆਪਾਂ ਇੱਕ ਉਹ ਇਲਾਕੇ 'ਚ ਰਹਿੰਦੇ ਇੱਕ ਪੰਜਾਬ 'ਚ ਰਹਿੰਦੇ ਇੱਕ ਸਰਕਲ 'ਚ ਰਹਿੰਦੇ ਕਈ ਵਾਰੀ ਚੀਜ਼ਾਂ ਹੋ ਜਾਂਦੀਆਂ ਨੇ ਇਹ ਤਾਂ ਕੋਈ ਮਾਈਨਰ ਗੱਲਾਂ ਨੇ ਲੇਕਿਨ ਉਹ ਕਈ ਵਾਰੀ ਸਟੇਜਾਂ ਤੇ ਬਹੁਤ ਵੱਧ ਜਾਂਦੀਆਂ ਹਾਂ ਹੋ ਜਾਂਦੀਆਂ ਚਲੋ ਵੱਧ ਜਾਂਦੀਆਂ ਵੱਧ ਲਾ ਲਓ ਵੀ ਅਸੀਂ ਯੰਗ ਆ ਥੋੜੇ ਵਧਾ ਦਿੰਦੇ ਹਾਂ ਚਲੋ ਹੋ ਜਾਂਦੀਆਂ ਪਰ ਸੌਰਟਡ ਹੈ ਕੋਈ ਮਸਲੇ ਵਾਲੀ ਗੱਲ ਨਹੀਂ ਹੈ ਸ਼ੁਭਦੀਪ ਤੋਂ ਸਿੱਧੂ ਮੂਸੇਵਾਲਾ ਕਿਵੇਂ ਬਣਿਆ ਲੋਕਾਂ ਦੀਆਂ ਦੁਆਵਾਂ ਨਾਲ ਥੋੜੇ ਜਿਵੇਂ ਤੁਸੀਂ ਕ੍ਰਿਟਿਸਿਜ਼ਮ ਨਾਲ ਸਿੱਧੂ ਮੂਸੇਵਾਲਾ ਨਹੀਂ ਨਹੀਂ ਮੈਂ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਮੈਂ ਤਾਂ ਸਵਾਲ ਕਰ ਰਿਹਾ ਕਈ ਕੰਪਲੀ ਕਈ ਚੀਜ਼ਾਂ ਨੇ ਜਿਹੜੀ ਇਹਦੀ ਮੈਂ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਮੈਂ ਸਿਰਫ ਸਵਾਲ ਕਰ ਰਿਹਾ ਤੁਸੀਂ ਇਹਨੂੰ ਬਿਲਕੁਲ ਦਿਲ ਨਾਲ ਨਾ ਲਾਇਆ ਨਹੀਂ 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 ਸਰ ਤੁਸੀਂ ਤੁਹਾਡਾ ਹੱਕ ਬਣਦਾ ਮੈਂ ਮੇਰੀ ਗੱਲ ਸੁਣੋ ਪਬਲਿਕ ਇੰਟਰਸਟ 'ਚ ਮੈਂ ਸਵਾਲ ਕਰ ਰਿਹਾ ਜੀ 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 ਮੈਂ ਤੁਹਾਡਾ ਬਹੁਤ ਬਹੁਤ ਮਾਣ ਸਤਿਕਾਰ ਕਰਦਾ ਵੀ ਤੁਸੀਂ ਮੈਨੂੰ ਇਹ ਕੁਐਸਚਨ ਪੁੱਛੇ ਤਾਂ ਮੈਨੂੰ ਕਲੀਅਰ ਕਰਨ ਦਾ ਮੌਕਾ ਮਿਲਿਆ ਨਹੀਂ ਸ਼ਾਇਦ ਉਹੀ ਗੱਲ ਹੈ ਵੀ ਤਿੰਨ ਦੀ ਉਂਗਲੀ ਦਿਖ ਰਹੀ ਸੀ ਲੋਕਾਂ ਨੂੰ ਤੁਹਾਡੇ ਮਾਧਿਅਮ ਨਾਲ ਲੋਕਾਂ ਤੱਕ ਸਹੀ ਚੀਜ਼ ਜਾਊਗੀ ਕਈ ਵਾਰ ਇਨਸਾਨ ਦੇ ਅੰਦਰ ਅੱਛੀਆਂ ਚੀਜ਼ਾਂ ਹੁੰਦੀਆਂ ਬਟ ਉਹਨਾਂ ਨੂੰ ਐਕਸਪ੍ਰੈਸ ਕਰਨ ਲਈ ਵਜ੍ਹਾ ਨਹੀਂ ਮਿਲਦੀ ਮੈਂ ਸ਼ਾਇਦ ਇੱਕ ਵਜ੍ਹਾ ਬਣ ਮੇਰੇ ਮੇਰੇ ਨਾਲ ਸੇਮ ਹੀ ਹੁੰਦਾ ਜੀ ਆਲਵੇਜ਼ ਸੋ ਤੋ ਧੰਨਵਾਦ ਤੁਹਾਡਾ ਤੁਸੀਂ ਵਜ੍ਹਾ ਬਣ ਰਹੇ ਹੋ ਵੀ ਪਰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਮਸਲਾ ਨਹੀਂ ਇਦਾਂ ਦਾ ਕੋਈ ਸ਼ੁਭਦੀਪ ਸਿੰਘ ਕੈਨੇਡਾ ਗਏ ਜੀ ਗਏ ਪੜਨ ਸੀ ਜੀ ਉੱਥੇ ਜਾ ਕੇ ਸਿੰਗਿੰਗ ਦਾ ਸ਼ੌਕ ਕਿਵੇਂ ਪਿਆ ਔਰ ਉਹ ਕਿਹੜਾ ਗਾਣਾ ਸੀ ਜਿਹਦੇ ਤੁਹਾਨੂੰ ਲੱਗਦਾ ਕਿ ਪਹਿਲੀ ਵਾਰ ਤੁਹਾਨੂੰ ਕਿੱਕ ਮਿਲੀਗੀ ਯਾਰ ਆਪਾਂ ਵਧੀਆ ਸਿੰਗਰ ਹੋ ਸਕਦੇ ਹਾਂ ਨਹੀਂ ਮੈਂ ਕੈਨੇਡਾ ਜਾ ਕੇ ਗਾਉਣ ਨਹੀਂ ਲੱਗਿਆ ਜੀ ਮੈਂ 5th ਕਲਾਸ ਤੋਂ ਗਾਉਣਾ ਮੇਰਾ ਘੱਟੋ ਘੱਟ 14-15 ਸਾਲ ਦਾ ਸੰਘਰਸ਼ ਹੈ ਗਾਇਕੀ ਖੇਤਰ ਦੇ ਵਿੱਚ ਮੈਂ ਛੋਟਾ ਹੁੰਦਾ ਗਾਉਂਦਾ ਰਿਹਾ ਉਦੋਂ ਮੈਂ ਕਾਲਜ 'ਚ ਗਾਇਆ ਉਦੋਂ ਬਾਅਦ ਮੈਂ ਬਾਹਰ ਜਾ ਕੇ ਮੇਰਾ ਸ਼ੌਂਕ ਸੀ ਸੋ ਗਾਣੇ ਕਈ ਨੇ ਸਾਰੇ ਗਾਣਿਆਂ ਨੇ ਬਹੁਤ ਯਾਨੀ ਕਿ ਇੱਕੋਦਮ ਹੀ ਬੂਮ ਦਿੱਤਾ ਸੋਹਾ ਹੀ ਲਾ ਲਓ ਸੋਹਾ ਹੀ ਗਾਣਾ ਬਹੁਤ ਯਾਨੀ ਕਿ ਲੋਕਾਂ ਨੇ ਪਿਆਰ ਕੀਤਾ ਉਸ ਚੀਜ਼ ਨੂੰ ਹੋ ਜਾਏ ਥੋੜ੍ਹਾ ਜਿਹਾ ਲੋਕਾਂ ਨੂੰ ਸਾਡੇ ਰਾਹੀਂ ਵੀ ਸੁਣਾ ਦਿਓ ਹੁਣ ਤੁਸੀਂ ਇਹ ਨਾ ਕਿਹਾ ਮੇਰਾ ਗਲਾ ਖਰਾਬ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਮੇਰਾ ਗਲਾ ਨਹੀਂ ਖਰਾਬ ਮੇਰੀਆਂ ਵੋਕਲ ਕੋਰਡਸ ਥੋੜ੍ਹੀਆਂ ਸਵੈਲਡ ਸੀਗੀਆਂ ਬੋਲ ਬੋਲ ਕੇ ਜਦੋਂ ਆਪਾਂ ਓਵਰ ਯੂਜ਼ ਕਰ ਲੈਂਦੇ ਹਾਂ ਗਲੇ ਦਾ ਤਾਂ ਕਰਕੇ ਮੈਂ ਹਜੇ ਥੋੜ੍ਹਾ ਜਿਹਾ ਬੋਲਣ ਜੋਗਾ ਹੋਇਆ ਗਾਉਣ ਜੋਗਾ ਜਦੋਂ ਹੋਇਆ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ ਚੈਨਲ 'ਤੇ ਆ ਕੇ ਸੁਣਾ ਜੂੰਗਾ 295 ਵੀ ਨਹੀਂ ਸੁਣਾਉਣਾ ਜਿਹੜਾ ਮੈਂ ਨਹੀਂ ਸੁਣਿਆ ਮੈਂ ਉੱਦਾਂ ਹੀ ਕਹਿਣ ਉਹ ਗਾਣਾ ਇੱਦਾਂ ਵੀ ਉਹ 'ਚ ਮੇਰੇ ਫਾਦਰ ਸਾਹਿਬ ਮੈਨੂੰ ਕੁਐਸਚਨ ਕਰਦੇ ਵੀ 10 ਪੁੱਤ ਤੇਰਾ ਹੈਡ ਡਾਊਨ ਕਾਸਟ ਤੋਂ ਚੰਗਾ ਭਲਾ ਹੱਸਦਾ ਸੀ ਮੌਨ ਕਾਸਟ ਤੋਂ ਅੱਜ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਤੇ ਕੌਣ ਕਾਸਟ ਤੋਂ ਹੈ ਨਾ ਕੁਛ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਛ ਕਿਨੇ ਆਏ ਇੱਥੇ ਭੁੱਖੇ ਫੇਮ ਦੇ ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ ਦੇ ਪੈਂਦੀ ਰਹਿੰਦੀ ਅੱਧਾ ਵੀ ਨਾ ਤੋਂ ਦੁਨੀਆ ਸਵਾਦ ਲੈਂਦੀ ਹੈ ਨਾਲੇ ਜਿਹੜੇ ਰਸਤੇ 'ਤੇ ਤੂੰ ਮਰਿਆ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੰਟਰੋਵਰਸੀ ਕ੍ਰੀਏਟ ਮਿਲੂਗੀ ਧਰਮਾਂ ਦੇ ਨਾਮ 'ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ ਹੇਠ ਮਿਲੂਗੀ ਤੁਹਾਡੇ ਪੇਰੈਂਟਸ ਵੀ ਆ ਜੋ ਕੰਟਰੋਵਰਸੀਜ਼ ਤੁਹਾਡੀਆਂ ਹੁੰਦੀਆਂ ਇਹਨਾਂ ਤੋਂ ਪਰੇਸ਼ਾਨ ਰਹਿੰਦੇ ਹਰ ਮਾਂ ਬਾਪ ਥੋੜ੍ਹਾ ਪਰੇਸ਼ਾਨ ਹੋ ਜਾਂਦੇ ਪਰੇਸ਼ਾਨ ਤਾਂ ਹੋਈ ਜਾਂਦੇ ਜੀ ਮੈਂ ਇੱਕ ਸਿੰਗਲ ਚਾਈਲਡ ਆ ਮੇਰੇ ਮਾਤਾ ਪਿਤਾ ਦਾ ਸੋ ਥੋੜ੍ਹਾ ਜਿਹਾ ਉਹਨਾਂ ਨੂੰ ਇਸ ਚੀਜ਼ ਦੀ ਘਬਰਾਹਟਾ ਹੋ ਜਾਂਦੀ ਹੈ ਜੋ ਤੁਹਾਡੇ ਕੋਲ ਖਾਣ ਪਾਉਣ ਨੂੰ ਬਹੁਤ ਘੱਟ ਹੁੰਦਾ ਤਾਂ ਥੋੜ੍ਹਾ ਸਟ੍ਰੈਸ ਤਾਂ ਹੋ ਹੀ ਜਾਂਦਾ ਪਰ ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਵੀ ਇਹਦੇ ਮਨ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਵੀ ਚੀਜ਼ਾਂ ਕਈ ਵਾਰੀ ਆਊਟ ਆਫ ਦਾ ਵੇ ਹੋ ਜਾਂਦੀਆਂ ਨੇ ਆਪੀ ਕਈ ਵਾਰੀ ਕਈਆਂ ਚੀਜ਼ਾਂ
ਦੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਹਥਿਆਰ ਰੱਖਣਾ ਇਜ਼ ਨਾਟ ਅ ਕ੍ਰਾਈਮ। ਜੇ ਕ੍ਰਾਈਮ ਹੈ ਤਾਂ ਸਰਕਾਰ ਕਿਉਂ ਪ੍ਰੋਵਾਈਡ ਕਰਵਾਉਂਦੀ ਹੈ ਹਥਿਆਰ, ਕਿਉਂ ਲਾਇਸੈਂਸ ਦਿੰਦੀ ਹੈ, ਕਿਉਂ ਲੱਖ ਲੱਖ ਰੁਪਈਆ ਰੈੱਡ ਸਕਿਉਰਿਟੀ ਦੀਆਂ ਫੀਸਾਂ ਭਰਵਾਉਂਦੀ ਹੈ, ਰੈੱਡ ਕਰਾਸ ਦੀਆਂ, ਇੰਨੇ ਇੰਨੇ ਪੈਸੇ ਲੈ ਕੇ ਅਤੇ ਇੰਨੇ ਇੰਨੇ ਮਹਿੰਗੇ ਹਥਿਆਰ ਕਰੇ ਹੋਏ ਨੇ, ਕਿਉਂ ਵੇਚਦੀ ਹੈ ਸਰਕਾਰ? ਸੋ ਇਹ ਗੱਲਾਂ ਜੇ ਇੰਨੀ ਮਾੜੇ ਹੋਣ ਨਾ, ਮਾੜੀ ਬੰਦੇ ਦੀ ਸੋਚ ਹੁੰਦੀ ਹੈ ਜੀ। ਐਜੂਕੇਸ਼ਨ ਪ੍ਰੋਵਾਈਡ ਕਰਨੀ ਚਾਹੀਦੀ ਹੈ ਜਵਾਕਾਂ ਨੂੰ ਵੀ। ਜਦੋਂ ਤੁਸੀਂ ਬੱਚਿਆਂ ਨੂੰ ਇੱਕ ਚੀਜ਼ ਤੋਂ ਰੋਕੀ ਨੂੰ ਵੀ ਨਾ ਬੇਟਾ ਇਹ ਮਾੜੀ ਗੱਲ ਹੈ, ਉਹ ਪੱਕੀ ਗੱਲ ਉੱਧਰ ਨੂੰ ਜਾਊਗਾ, ਕਿਉਂਕਿ ਸਾਡੇ ਅਸੀਂ ਇਹ ਸਾਡੀ ਹਿਊਮਨ ਨੇਚਰ ਹੈ, ਜਿਹੜੀ ਚੀਜ਼ ਤੋਂ ਸਾਨੂੰ ਲੋਕ ਰੋਕਦੇ ਨੇ ਨਾ, ਅਸੀਂ ਉੱਧਰ ਕਰਿਓਸਿਟੀ ਵੱਧਦੀ ਵੀ ਇਹਦਾ ਕੀ ਇਹੋ ਜਿਹਾ ਦੇਖੀ ਇਹਨੂੰ ਚੱਕ ਕੇ। ਤੁਹਾਨੂੰ ਸ਼ੌਕ ਹੈ ਵੈਸੇ ਵਾਕਈ ਹਥਿਆਰਾਂ ਨਾਲ, ਤੁਹਾਨੂੰ ਵਧੀਆ ਲੱਗਦਾ? ਮੈਨੂੰ ਵਧੀਆ ਲੱਗਦਾ। ਮੈਨੂੰ ਤਾਂ ਸ਼ੌਕ ਹੈ ਇਸ ਚੀਜ਼ ਦਾ, ਹੁਣ ਮੇਰੇ ਸੇਫਟੀ ਰੀਜ਼ਨਸ ਕਰਕੇ ਮੈਨੂੰ ਰੱਖਣਾ ਪੈਂਦਾ, ਪਰ ਉਦਾਂ ਵੈਸੇ ਸ਼ੌਕ ਹੈ। ਹਾਂ, ਜੇ ਮੈਨੂੰ ਸ਼ੂਟਿੰਗ ਦਾ ਸ਼ੂਟਰ ਦਾ ਮੈਨੂੰ ਮੌਕਾ ਨਹੀਂ ਮਿਲਿਆ ਤਾਂ ਮੈਂ ਸ਼ੂਟਿੰਗ ਕਰਨੀ ਸੀ, ਹੁਣ ਮੈਂ ਸ਼ੂਟਰ ਹੁੰਦਾ ਤਾਂ ਮੈਂ ਬਹੁਤ ਵਧੀਆ ਸ਼ੂਟਰ ਹਾਂ। ਹੋਰ ਕਿਸ ਕਿਸ ਚੀਜ਼ ਦਾ ਸ਼ੌਕ ਹੈ? ਗੱਡੀਆਂ ਦਾ ਵੀ ਬੜਾ ਸ਼ੌਕ ਹੈ। ਨਹੀਂ, ਮੈਨੂੰ ਖੇਤੀ ਦਾ, ਮੈਂ ਗੱਡੀਆਂ ਦਾ ਸ਼ੌਕ ਸੀ, ਮੈਂ ਉਸ ਚੀਜ਼ ਉਸ ਫੇਸ 'ਚੋਂ ਲੰਘ ਚੁੱਕਿਆ, ਹੁਣ ਮੈਨੂੰ ਖੇਤੀ ਦਾ, ਥੋੜ੍ਹਾ ਬਹੁਤ ਜ਼ਮੀਨ ਦਾ, ਘਰ ਦੇ ਕੰਮਾਂ ਦਾ। ਸਿੱਧੂ, ਤੁਹਾਡੇ ਲਈ ਰਾਹ ਇੰਨੀ ਆਸਾਨ ਨਹੀਂ ਹੈ। ਆਲ ਆਫ ਸਡਨ ਤੁਹਾਨੂੰ ਇੱਕ ਤਰ੍ਹਾਂ ਦਾ ਪੈਰਾਸ਼ੂਟ ਰਾਹੀਂ ਤੁਹਾਨੂੰ ਚੰਦ ਦਿਨਾਂ 'ਚ ਕੈਂਡੀਡੇਚਰ ਮਿਲਿਆ। ਜੀ ਸਰ। ਬਹੁਤ ਸਾਰੇ ਕਾਂਗਰਸੀ ਇੱਥੇ ਤੁਹਾਡਾ ਵਿਰੋਧ ਵੀ ਕਰ ਰਹੇ ਹੋਣਗੇ, ਜਾਂ ਜਿਨ੍ਹਾਂ ਨੂੰ ਲੱਗਦਾ ਹੋਏਗਾ ਸਾਡੀ ਟਿਕਟ ਕੱਟਤੀ। ਜੀ ਸਰ। ਉਹਨਾਂ ਤੋਂ ਕਿਵੇਂ ਪਾਰ ਪਾਓਗੇ? ਮੈਂ ਤੁਹਾਨੂੰ ਦੱਸਦਾ ਜੀ, ਇੱਕ ਨਾ ਇੱਕ ਗੱਲ ਮੈਂ ਬੜੀ, ਤੁਸੀਂ ਵਧੀਆ ਗੱਲ ਕਹੀ ਹੈ, ਪੈਰਾਸ਼ੂਟ। ਲੋਕ ਮੈਨੂੰ ਕਹਿੰਦੇ ਤੂੰ ਪੈਰਾਸ਼ੂਟ ਥਰੂ ਆਇਆ? ਨਹੀਂ, ਮੈਂ ਆਪਣੀ ਜੰਗ ਸਰਪੰਚੀ ਤੋਂ ਸ਼ੁਰੂ ਕੀਤੀ ਹੈ, ਆਪਦੇ ਘਰ ਤੋਂ ਸ਼ੁਰੂ ਕੀਤੀ ਹੈ। ਪਹਿਲਾਂ ਮੈਂ ਉਹਦਾ ਘਰ ਕਾਮਯਾਬ ਕੀਤਾ, ਉਹ ਤੋਂ ਬਾਅਦ ਮੈਂ ਉਹਦਾ ਪਿੰਡ ਦੀ ਸਰਪੰਚੀ, ਪਿੰਡ ਦੀ ਜ਼ਿੰਮੇਵਾਰੀ ਲਈ। ਆਫਟਰ ਡੈਟ ਮੈਂ ਇਸ ਜਗ੍ਹਾ 'ਤੇ ਆਇਆ, ਮੈਂ ਕੋਈ ਸਿੱਧਾ ਨਹੀਂ ਵੀ ਸਿੱਧਾ ਸੁੱਤਾ ਉੱਠੇ ਤੇ ਐਮਐਲਏ ਟਿਕਟ ਮੰਗ ਲਈ। ਸੋ ਮੇਰਾ ਗਰਾਊਂਡ ਲੈਵਲ ਦਾ ਵਰਕ ਹੈ, ਮੈਂ ਪਿੰਡ ਤੋਂ ਸਟਾਰਟ ਕੀਤਾ, ਮੈਨੂੰ ਪਤਾ ਵੀ ਪਿੰਡ 'ਚ ਗ੍ਰਾਂਟ ਲਿਆਉਣੀ ਹੈ ਤਾਂ ਕਿਵੇਂ ਲਿਆਉਣੀ ਹੈ। ਸੋ ਮੈਨੂੰ, ਯਾਨੀ ਕਿ ਅਸੀਂ ਗਰਾਊਂਡ ਲੈਵਲ 'ਤੇ ਵਿਚਰੇ ਹੋਏ ਲੋਕ ਹਾਂ, ਹਸਟਲ ਵਿਚ ਰਹੇ ਹਾਂ, ਸਾਨੂੰ ਸਾਰਾ ਕੁਛ ਇਸ ਚੀਜ਼ ਦਾ ਪਤਾ, ਹਾਲਾਤ ਕੀ ਨੇ। ਹਾਂ, ਇਹ ਪਿੰਡ ਦੀ ਸਰਪੰਚੀ ਦੀ, ਪਿੰਡ ਦੀ ਇਲੈਕਸ਼ਨ ਤੋਂ ਵੱਡੀ ਚੀਜ਼ ਹੈ। ਸੋ ਮੈਨੂੰ ਇਹ ਨਹੀਂ, ਪੈਰਾਸ਼ੂਟ ਵਾਲੇ ਉਹ ਹੁੰਦੇ ਨੇ ਜਿਨ੍ਹਾਂ ਨੇ ਕਦੇ ਪਿੰਡ ਲੈਵਲ 'ਤੇ ਸਰਪੰਚੀ ਨਹੀਂ ਲੜੀ ਅਤੇ ਸਿੱਧੇ ਐਮ ਐਲ ਏ 'ਤੇ ਅੱਡ ਗਏ, ਜਾਂ ਸਿੱਧੇ ਐਮ ਪੀ ਲੜਨ ਲੱਗ ਗਏ ਜਿਵੇਂ ਸਨੀ ਦਿਓਲ ਆਇਆ ਸੀ। ਫਿਰ ਉਹ ਬਾਕੀ ਕਾਂਗਰਸੀ ਕਿਉਂ ਕਹਿੰਦੇ ਆ ਪੈਰਾਸ਼ੂਟ ਰਾਹੀਂ? ਉਹਨਾਂ ਨੂੰ ਲੱਗਦਾ ਜੀ ਉਹਨਾਂ ਨੇ ਕਹਿਣੀ, ਉਹਨਾਂ ਦੀ ਜਗ੍ਹਾ ਲੈ ਗਿਆ ਜੀ ਮੈਂ। ਸੋ ਤਾਂ ਕੌਣ ਕਹਿਣਗੇ? ਤੁਹਾਡੇ ਯੂਥ ਦੇ ਪ੍ਰਧਾਨ ਆਏ, ਉਹ ਤੁਹਾਡੇ ਕਿਸੇ ਜਿਹਨੂੰ ਟਿਕਟ ਨਹੀਂ ਮਿਲਿਆ ਉਹਨੂੰ ਚਹਿਲ ਸਾਹਿਬ ਦੀ, ਉਹਨਾਂ ਦੀ ਕਹਿ ਗਏ ਵੀ ਇਹਨਾਂ ਨੂੰ ਟਿਕਟ ਮਿਲਣਾ ਚਾਹੀਦਾ, ਹੱਕ ਮਾਰ ਲਿਆ। ਦੇਖੋ ਜੀ, ਉਹਨਾਂ ਦਾ ਫਰਜ਼ ਬਣਦਾ, ਉਹ ਮੰਗ ਸਕਦੇ ਨੇ, ਮੰਗਣਾ ਸਾਰਿਆਂ ਨੇ, ਮੇਰਾ ਵੀ ਫਰਜ਼ ਬਣਿਆ, ਮੈਂ ਮੰਗਿਆ, ਮੈਨੂੰ ਮਿਲ ਗਈ, ਉਹਨਾਂ ਨੂੰ ਨਹੀਂ ਮਿਲੀ ਉਹਨਾਂ ਦੀ ਕਿਸਮਤ ਸੀ। ਜਦੋਂ ਤੁਸੀਂ ਕਾਂਗਰਸ ਜੁਆਇਨ ਕੀਤੀ, ਕਿਹਾ ਗਿਆ ਕਿ ਯੂਥ ਆਈਕਨ ਹੈ ਜੀ, ਮੇਰੇ ਮਨ 'ਚ ਇੱਕ ਸਵਾਲ ਆਇਆ ਕਿ ਯਾਰ ਕਾਂਗਰਸ 'ਚ ਹਥਿਆਰਾਂ ਵਾਲੇ ਯੂਥ ਆਈਕਨ ਆਉਣ ਲੱਗ ਗਏ, ਤੁਸੀਂ ਐਜ਼ ਏ ਯੂਥ ਆਈਕਨ ਪੰਜਾਬ ਦੇ ਯੂਥ ਨੂੰ ਪੋਲੀਟਿਕਸ 'ਚ ਆ ਕੇ ਕਿਸ ਰਾਏ ਜਾਂ ਕਿਸ ਕਿਸ ਮੰਤਵ ਨਾਲ ਤੁਸੀਂ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਂ ਉਹਨਾਂ ਨੂੰ ਗਾਈਡ ਕਰੋ? ਮੈਂ ਤੁਹਾਨੂੰ ਦੱਸਾਂ ਜੀ, ਜਿੱਦਣ ਮੈਂ ਕਾਂਗਰਸ ਦੇ ਵਿੱਚ ਆਇਆ, ਮੇਰੇ 'ਤੇ ਟਵੀਟਾਂ ਹੋਈਆਂ ਵੀ ਗੈਂਗਸਟਰ ਨੂੰ ਪਾਰਟੀ 'ਚ ਸ਼ਾਮਲ ਕਰਵਾ ਲਿਆ, ਇਹ ਹਥਿਆਰਾਂ ਵਾਲੇ ਕੀ ਕਰਨਗੇ? ਸੋ ਮੇਰਾ ਉਹਨਾਂ ਨੂੰ ਇੱਕੋ ਹੀ ਕੁਐਸਚਨ ਸੀ ਵੀ ਚਲੋ ਜੀ, ਮੈਂ ਹਥਿਆਰ ਆ, ਮੇਰੇ 'ਚ 100 ਲੂਪ ਹੋਲਸ ਨੇ, ਮੇਰੇ 100 ਕਮੀਆਂ ਨੇ, ਉਹਨੂੰ ਰੱਖੋ, ਮੈਂ ਬਹੁਤ ਬੁਰਾ ਇਨਸਾਨ ਹਾਂ, ਮੈਨੂੰ ਰੱਖਤਾ ਸਾਈਡ 'ਤੇ। ਮੈਂ ਹੁਣ ਤੁਹਾਡੀ ਗੱਲ ਕਰਦਾ, ਤੁਸੀਂ ਬਹੁਤ ਚੰਗੇ, ਤੁਸੀਂ ਕਦੇ ਹਥਿਆਰ ਨਹੀਂ ਚੱਕਿਆ, ਤੁਸੀਂ ਕੀ ਕੀਤਾ ਪੰਜਾਬ ਲਈ? ਤੁਸੀਂ 4.5 ਸਾਲ ਮੁੱਖ ਮੰਤਰੀ ਰਹੇ, ਤੁਸੀਂ 4.5 ਸਾਲ ਐਮ ਪੀ ਦੀਆਂ ਸੀਟਾਂ 'ਤੇ ਰਹੇ, 4.5 ਸਾਲ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਅਹੁਦੇ 'ਤੇ ਰਹੇ ਹੋ ਕਿਸੇ ਨਾ ਕਿਸੇ 'ਤੇ, ਮੈਂ ਸਾਰਿਆਂ ਦੀ ਗੱਲ ਕਰਦਾ, 4.5 ਸਾਲ ਬੀਜੇਪੀ, 4.5 ਸਾਲ ਅਕਾਲੀ ਦਲ, ਜਿਹੜੇ ਮੇਰੇ 'ਤੇ ਸਵਾਲ ਚੱਕਦੇ ਨੇ, ਤੁਸੀਂ ਪੰਜਾਬ ਦੀ ਬਿਹਤਰੀ ਲਈ ਕੀ ਕੀਤਾ? ਮੈਨੂੰ ਇੱਕ ਕੁਐਸਚਨ, ਥੋੜ੍ਹੇ ਤੋਂ ਲੋਕ ਨਾਰਾਜ਼ ਕਿਉਂ ਨੇ? ਮੈਂ ਤਾਂ ਹਥਿਆਰ ਵਾਲਾ, ਮੇਰੇ ਤੋਂ ਲੋਕ ਖੁਸ਼ ਨੇ? ਸੋ ਇਹੀ ਗੱਲ ਹੈ ਵੀ ਜਦੋਂ ਆਪਾਂ ਕਿਤੇ ਕਿਸੇ ਨਾ ਕਿਸੇ ਨੂੰ ਕਹਿ ਦਿੰਦੇ ਹਾਂ, ਇਹ ਪਤਾ ਤੁਹਾਡੇ ਲੋਕ, ਤੁਹਾਡੀ ਦੁਨੀਆ, ਤੁਹਾਡੇ ਫੋਲੋਅਰ ਹੈ? ਨਹੀਂ, ਮੈਂ ਤੁਹਾਨੂੰ ਦੱਸਦਾ, ਰਜਨੀਕਾਂਤ ਮੁੱਖ ਮੰਤਰੀ ਬਣਿਆ, ਰਜਨੀਕਾਂਤ ਵੀ ਹਥਿਆਰ ਐਂ ਕਰਦਾ, ਉਹ ਤਾਂ ਸਿਗਰਟ ਸਿੱਟ ਕੇ ਮੂੰਹ ਚਲਾਉਂਦਾ, ਉਹ ਮੁੱਖ ਮੰਤਰੀ ਕਿਵੇਂ ਬਣ ਗਿਆ? ਸੋ ਸਰ, ਕਿਰਦਾਰ ਹੈ ਇੱਕ, ਜਿਹੜਾ ਪੜਦੇ ਔਰ ਹਕੀਕਤ 'ਚ ਫਰਕ ਹੁੰਦਾ? ਨਹੀਂ ਨਹੀਂ, ਉਹ ਪੜਦਾ ਥੋੜ੍ਹੀ ਨਹੀਂ, ਉਹ ਪੜਦਾ ਤੇ ਹਕੀਕਤ, ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਲਾਈਵ ਐਗਜ਼ਾਮਪਲ ਦਿੱਤੀ, ਕਈ ਐਕਟਰ ਨੇ ਜਿਹੜੇ ਮੁੱਖ ਮੰਤਰੀ ਤੱਕ ਬਣੇ ਨੇ, ਯਾਨੀ ਕਿ ਨੌਰਥ ਦੇ ਵਿੱਚ। ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਲੋਕਾਂ ਨੂੰ ਵੀ ਉਹ ਕਲਾਕਾਰ ਜੀ ਗਾਉਣ ਵਾਲਾ, ਗਾਉਣ ਵਾਲਾ ਯਾਰ ਮੈਂ, ਮੇਰੀ ਮਾਂ ਦੇ ਢਿੱਡੋਂ ਗਾਉਣ ਵਾਲਾ ਥੋੜ੍ਹੀ ਜੰਮਿਆ ਸੀ, ਮੈਂ ਉਹ ਗੁਣ ਮੇਰੇ 'ਚ ਆਇਆ, ਮੈਂ ਉਹਨੂੰ ਸ਼ਾਰਪ ਕੀਤਾ, ਪੈਦਾ ਕਰਿਆ, ਲਿਖਣ ਦਾ ਗੁਣ ਮੈਂ ਆਪਦੇ 'ਚ ਪੈਦਾ ਕਰਿਆ। ਇਹ ਵੀ ਹੋ ਸਕਦਾ ਮੈਂ ਇਹ ਵੀ ਅਡੋਪਟ ਕਰ ਲਾਂ, ਜਿਹੜਾ ਬੰਦਾ ਅਡੋਪਟ ਹੀ ਕਰਨ ਲੱਗ ਗਿਆ ਇਨਵਾਇਰਮੈਂਟ ਨੂੰ, ਕਿ ਮੈਂ ਪੋਲੀਟਿਕਸ ਨੂੰ ਅਡੋਪਟ ਕਰਨਾ, ਇੱਦੂ ਵਧੀਆ ਅਡੋਪਟ ਕਰਨਾ। ਸੋ ਇਹ ਹਜੇ ਉਹੀ ਗੱਲ ਹੈ, ਜਿਹਨੇ ਬੈਟਿੰਗ ਹੀ ਨਹੀਂ ਕੀਤੀ ਉਹਦਾ ਪਹਿਲੀ ਤੁਸੀਂ ਕਿਵੇਂ ਕਹਿ ਦੋਗੇ ਵੀ ਇਹ ਵਧੀਆ ਖੇਡੂ ਜਾਂ ਮਾੜਾ ਖੇਡੂ? ਚਲੋ, ਬਹੁਤ ਬਹੁਤ ਸ਼ੁਕਰੀਆ, ਅਗਰ ਕੋਈ ਗੱਲ ਬੁਰੀ ਵੀ ਲੱਗੀ ਹੋਈ ਤੇ ਅਸੀਂ ਉਹਦੇ ਲਈ ਮਾਫੀ ਚਾਹੁੰਦੇ ਹਾਂ। ਲੇਕਿਨ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਬੜੀ ਸ਼ਾਨਦਾਰ ਗੱਲਾਂ ਕੀਤੀਆਂ, ਔਰ ਇਹਨਾਂ ਨੇ ਗੱਲ ਇੱਥੇ ਮੁਕਾਈ ਹੈ ਕਿ ਮੈਂ ਪੋਲੀਟਿਕਸ ਨੂੰ ਬਦਲਣਾ ਚਾਹੁੰਦਾ, ਪੋਲੀਟਿਕਸ ਨੂੰ ਓਪਨ ਪਲੇਟਫਾਰਮ ਤੇ ਡਿਸਕਸ ਕਰਨਾ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਸਾਡੀ ਗੱਲ ਸੁਣ ਕੇ ਅੱਗੇ ਤੋਂ ਸਿੱਧੂ ਮੂਸੇਵਾਲਾ ਆਈਕਨ ਦੀ ਤਰ੍ਹਾਂ ਪੇਸ਼ ਆਏਗਾ, ਔਰ ਯੂਥ ਨੂੰ ਇਹ ਗਾਈਡ ਕਰੇਗਾ ਕਿ ਹਥਿਆਰਾਂ ਤੋਂ ਇਲਾਵਾ ਕੀ ਜ਼ਿੰਦਗੀ ਹੈ ਔਰ ਉਹਦਾ ਪੋਜ਼ਿਟਿਵ ਪਹਿਲੂ।